ਖੰਡ ਨੇ ਸਾਡੇ ਦੋ ਨੁਕਸਾਨ ਕੀਤੇ, ਇੱਕ ਤਾਂ ਸਾਨੂੰ ਡਾਇਬਟਿਕ ਕੀਤਾ ਜਿਹੜਾ ਕਿ ਦੁਨੀਆ ਦੀ ਸਭ ਤੋਂ ਗੰਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਹੈ ਕਿ ਕੈਂਸਰ। ਤੁਸੀਂ ਲੇਡੀਜ਼ ਦੇ ਵਿੱਚ ਅੱਜ ਲੈ ਲਓ ਬ੍ਰੈਸਟ ਕੈਂਸਰ ਜਾਂ ਓਵਰੀ ਸਿਸਟ ਵਗੈਰਾ, ਇਹ ਸਾਰਾ ਜਿੰਨਾ ਵੀ ਕੈਂਸਰ ਆ ਰਿਹਾ ਉਹਦਾ ਮੇਜਰ ਕਾਰਨ ਖੰਡ ਹੈਗਾ। ਗੋਰੇ ਜਦੋਂ ਆਏ ਤਾਂ ਖੰਡ ਉਹ ਲੈ ਕੇ ਆਏ ਬੇਸਿਕਲੀ ਇੱਥੇ। ਸਾਡੇ ਗੁਰੂਆਂ ਨੇ ਜਿਹੜੀ ਸਾਨੂੰ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਦਿੱਤੀ, ਤਾਂ ਪਹਿਲੀ ਵਾਰੀ ਜਦੋਂ ਦੇਗ ਵੀ ਬਣੀ ਸੀ ਉਹ ਗੁੜ ਔਰ ਸ਼ੱਕਰ ਨਾਲ ਹੀ ਬਣੀ ਸੀ। ਪੰਜਾਬੀਆਂ ਨੇ ਗੰਨਾ ਲਾਇਆ ਜੀ, ਮੇਲਾਂ ਨੇ ਪੇਮੈਂਟਾਂ ਨਹੀਂ ਦਿੱਤੀਆਂ, ਉੱਥੇ ਧੱਕੇ ਖਾਣੇ ਪਏ, ਅੱਜ ਵੀ ਧਰਨੇ ਲੱਗਦੇ ਆ। ਸਾਡੇ ਤੋਂ ਗੰਨਾ ਬਜਾ ਕੇ ਸਾਡਾ ਗੁੜ ਸਾਡੇ ਤੋਂ ਖੋ ਕੇ ਅਤੇ ਆਪਦੇ ਕੈਮੀਕਲ ਨਾਲ ਚੀਨੀ ਤਿਆਰ ਕਰਕੇ ਉਹ ਸਾਨੂੰ ਦੇਣ ਲੱਗ ਗਏ। ਸ਼ੂਗਰ ਹੋਣ ਤੋਂ ਬਾਅਦ ਲੋਕ ਇਹ ਸੋਚਣ ਲੱਗ ਜਾਂਦੇ ਵੀ ਮੈਂ ਗੁੜ ਖਾ ਲਾ, ਮੇਰੇ ਕੋਲ ਵੇਲਣੇ ਤਾਂ ਬੜੇ ਬੰਦੇ ਆਉਂਦੇ ਆ, ਸ਼ੂਗਰ ਫ੍ਰੀ ਗੁੜ ਦੇ ਦਿਉ ਜੀ। ਹੁਣ ਨਮਕ ਦੇ ਵਿੱਚੋਂ ਨਮਕ ਕਿਵੇਂ ਕੱਢ ਦੇਵਾਂਗੇ ਤੁਸੀਂ ਆਪ ਦੱਸੋ। ਕੰਪਨੀਆਂ ਦੀ ਸਟ੍ਰੈਟੇਜੀ ਇਹ ਪਾਗਲ ਬਣਾ ਰਿਹਾ ਆਪਾਂ ਨੂੰ। ਜਿਹੜਾ ਯੂਪੀ ਵਾਲਾ ਗੁੜ ਹੈ ਵੀ ਜੀ, ਉਹ 23 ਰੁਪਏ ਤੋਂ ਸ਼ੁਰੂ ਹੋ ਕੇ 38 ਰੁਪਏ ਤੱਕ ਖਤਮ ਹੋ ਜਾਂਦਾ। ਉਹਦੇ 'ਚ ਹਾਈਡਰਾ ਕੈਮੀਕਲ ਪਾਉਂਦੇ ਆ, ਜਿੰਨੀ ਜਿਹੜੇ ਮੱਝਾਂ ਦੇ ਹੱਡਾਂ ਤੋਂ ਤਿਆਰ ਹੁੰਦਾ ਨਾ ਕੈਮੀਕਲ, ਉਹ ਪਾਉਂਦੇ ਆ। ਜਿਹੜਾ ਚੰਗਾ ਗੁੜ ਹੈ, 1 ਕੁਇੰਟਲ ਦੇ ਵਿੱਚੋਂ ਗੰਨੇ 'ਚੋਂ 10-11 ਜਾਂ ਫਰਵਰੀ ਅਪ੍ਰੈਲ ਮਾਰਚ ਦੇ ਵਿੱਚ ਜਾ ਕੇ 14 ਕਿਲੋ ਨਿਕਲ ਜਾਏਗਾ, ਉਹ 18-20 ਕਿਲੋ ਕੱਢਦੇ ਆ, ਵਿੱਚੇ ਮੈਲ ਸੁਕਾ ਦਿੰਦੇ ਆ, ਉਹਦੀ ਸ਼ੈਲਫ ਲਾਈਫ ਵੀ ਵੱਧ ਜਾਂਦੀ ਹੈ, ਉਹਦਾ ਰੰਗ ਵੀ ਵਧੀਆ ਆ ਜਾਂਦਾ। ਆਪਣੇ ਗੰਨਾ ਉਗਾਇਆ ਜਾਂਦਾ ਨਾ, ਉਹ ਸਾਰੀ ਮਿੱਲ ਦੀ ਵਰਾਇਟੀ ਆ, ਔਰ ਇਹ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀ ਮਿੱਲ ਦੀ ਵਰਾਇਟੀ ਆ ਉਹਦਾ ਗੁੜ ਨਹੀਂ ਬਣਦਾ ਜੀ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ। ਅੱਛਾ ਜੀ। ਹਾਂਜੀ, ਨਹੀਂ ਬਣਦਾ ਉਹਦਾ ਜੋ ਚਿੱਟਾ ਕਮਾਦ ਜਿੰਨਾ ਵੀ ਹੋਏਗਾ, ਜ਼ਿਆਦਾ ਚਿੱਟੇਪਨ 'ਚ ਉਹਦਾ ਉਹਦਾ ਗੁੜ ਨਹੀਂ ਜੁੜਦਾ ਜੀ। ਚੰਗੇ ਬੰਦੇ ਵੀ ਹੈਗੇ ਜਿਹੜੇ ਕੈਮੀਕਲ ਤੋਂ ਬਿਨਾਂ ਚੀਜ਼ਾਂ ਬਣਾ ਰਹੇ ਆ, ਵੇਚ ਵੀ ਰਹੇ ਆ, ਨੋ ਡਾਊਟ ਥੋੜ੍ਹੀਆਂ ਮਹਿੰਗੀਆਂ ਪੈਂਦੀਆਂ, ਪਰ ਸਿਹਤ ਉੱਪਰ ਕੀ ਹੈ, ਜੇ ਕੈਂਸਰ ਹੋ ਗਿਆ ਘਰ ਵੀ ਜਾਏਗਾ, ਜ਼ਮੀਨ ਵੀ ਜਾਏਗੀ, ਕਰਜ਼ਾ ਵੀ ਚੜੇਗਾ, ਬੰਦਾ ਵੀ ਚਲਾ ਜਾਏਗਾ। ਤੁਸੀਂ ਕੋਈ ਵੀ ਕੰਮ ਕਰ ਲਓ, ਲੋਕ ਦੇਖਣ ਨਹੀਂ ਆਉਂਦੇ, ਪੈਸਟੀਸਾਈਡ ਦਾ ਕਰ ਲਓ, ਈਵਨ ਕੋਈ ਵੀ ਕੰਮ ਲੈ ਲਓ, ਇੱਕ ਵੇਲਣਾ ਇਹੋ ਜਿਹੀ ਚੀਜ਼ ਹੈ ਜਿਹਨੂੰ ਪਰਿਵਾਰ ਬੜੀ ਖੁਸ਼ੀ ਨਾਲ ਵੇਖਣ ਆਉਂਦਾ। ਮੇਰੇ ਕੋਲ ਬੜੀਆਂ ਫੈਮਲੀਆਂ ਆਉਂਦੀਆਂ ਬੱਚਿਆਂ ਨੂੰ ਲੈ ਕੇ, ਉਹ ਕਰਿਆਨੇ ਸਟੋਰ ਵਾਲਿਆਂ ਦੇ ਬੱਚੇ ਵੀ ਆਉਂਦੇ ਆ, ਜਿਹੜੇ ਆਪ ਪਤਾ ਨਹੀਂ ਰੋਜ਼ ਕਿੰਨੇ ਗੱਟੇ ਗੁੜ ਵੇਚਦੇ, ਉਹਨਾਂ ਦੇ ਬੱਚੇ ਵੇਖਣ ਆਉਂਦੇ ਗੁੜ ਬਣਦਾ ਕਿਵੇਂ। 3ਜੇ ਸਾਲ 'ਚ ਮੇਰਾ ਵੇਲਣਾ ਚੱਲ ਰਿਹਾ, ਦਿਨ ਦੀ ਸੇਲ 5 ਕੁਇੰਟਲ 4 ਕੁਇੰਟਲ, ਉਹ ਤਾਂ ਇੰਨੀ ਹੈ ਕਿਉਂਕਿ ਬਣਦਾ ਹੀ ਇੰਨਾ, ਅਤੇ ਮੈਂ ਜੇ ਕੁੱਤੀ ਅਤੇ ਕੁੱਤਾ ਮਾਰਨਾ, ਜੇ ਤਾਂ ਮੈਂ ਰੋਜ਼ ਦਾ 8-9 ਕੁਇੰਟਲ ਬਣਾ ਦਿਆਂ, ਜਿਵੇਂ ਸਾਰੇ ਕਹਿੰਦੇ ਅਸੀਂ ਇੰਨਾ ਬਣਾ ਦਿੰਦੇ, ਇੰਨਾ ਇੱਕ ਤੋਂ ਕੱਚਾ ਬਣਾਊਂਗਾ, ਕਿਉਂਕਿ ਕਾਰੀਗਰ ਤਾਂ ਉਹੀ, ਇਨਸਾਨ ਤਾਂ ਇੱਕ ਹੀ ਹੈ ਨਾ, 2 ਵੀ ਕਰ ਲਓਗੇ ਤਾਂ ਕਿੰਨਾ, ਇੱਕ ਵੇਲਣੇ 'ਤੇ ਕਿੰਨਾ ਗੁੜ ਬਣਾ ਲਾਂਗੇ। ਕਿਸੇ ਵੀ ਰਿਸ਼ਤੇਦਾਰ ਜਾਂ ਪ੍ਰਾਹੁਣੇ ਦੇ ਘਰ ਜਾਓਗੇ ਨਾ, ਪੁਰਾਣੇ ਟੱਪੇ ਨਾਲ ਲੋਕ ਚਾਰਜਰ ਮੰਗਦੇ ਸੀ, ਹੁਣ ਸਵੇਰੇ ਉੱਠਦਿਆਂ ਕੀ ਮੰਗਦੇ ਆ ਜੀ, ਖਾਲੀ ਪੇਟ ਵਾਲੀ ਗੋਲੀ ਹੈਗੀ ਹੈ, ਕਿਤੇ ਵੀ ਜਾਂਦੇ ਹੋ ਨਾ, ਆਮ ਹੀ ਘਰੇ ਪਈਆਂ ਨੇ, ਆਮ ਹੀ ਮੈਡੀਕਲ 'ਤੇ ਜਾਂਦੇ, ਉਹ ਖਾਲੀ ਪੇਟ ਵਾਲਾ ਕੈਪਸੂਲ ਦਾ ਪੱਤਾ ਦੇ ਦਿਓ ਜੀ 10 ਰੁਪਏ, ਜਾਂ BP ਦਾ, ਉਹਦੇ ਇਹ ਦੋਨਾਂ ਦੇ ਵੱਡੇ ਕਾਰਨ ਜਿਹੜੇ ਹੈਗੇ ਉਹ ਖੰਡ ਹੀ ਹੈਗੀ ਹੈ। ਖੰਡ ਦੇ ਵਿੱਚ ਇੰਨਾ ਕੁ ਜ਼ਿਆਦਾ ਕੈਮੀਕਲ ਹੈ, ਜੇ ਇਹਦੇ 'ਤੇ ਆਪਾਂ ਕੋਈ ਬੁੱਧੀਜੀਵੀ ਬਿਠਾ ਕੇ ਡਿਬੇਟ ਰੱਖ ਲਈਏ ਨਾ, ਕੋਈ ਜਿਹੜੇ ਹੈਗੇ ਫੂਡ ਸੇਫਟੀ ਵਾਲੇ ਬੰਦੇ, ਤਾਂ ਉਹ ਇਹਦੇ 'ਚ ਦੱਸ ਪਾਣਗੇ ਕਿ ਐਕਚੁਅਲ ਇਹਦੇ 'ਚ ਕਿੰਨਾ ਜ਼ਿਆਦਾ ਕੈਮੀਕਲ ਪਾ ਕੇ ਸਾਨੂੰ ਖਵਾਇਆ ਜਾ ਰਿਹਾ। ਤੁਸੀਂ ਆਪਦੀ ਘਰ ਦੀ ਬਣੀ ਚੀਜ਼ ਨਹੀਂ ਲੈਣਾ ਪਸੰਦ ਕਰੋਗੇ, ਪਰ ਉਹ ਉਹਨਾਂ ਦੀ ਜਿਹੜੇ ਉਹਨੇ ਕਹਿਤਾ ਜੀ, ਜੇ ਸ਼ਾਹਰੁਖ ਖਾਨ ਨੇ ਕਹਿਤਾ ਜੀ, ਆਪ ਚਾਹੇ ਉਹ ਖਾਂਦਾ ਨਾ ਹੋਵੇ, ਖਾਂਦਾ ਨਾ। ਕੋਈ ਕਹਿ ਰਿਹਾ ਜੀ ਮੈਂ ਸ਼ੁੱਧ ਬਣਾ ਰਿਹਾ, ਇੱਕ ਭਾਈ ਸਾਹਿਬ ਕਹਿ ਰਹੇ ਸੀ ਮੈਂ ਪਿਓਰ ਚੋਕਲੇਟ ਗੁੜ ਬਣਾ ਰਿਹਾ ਜੀ, ਮੈਂ ਬੱਚਿਆਂ ਨੂੰ ਪਿਓਰ ਚੋਕਲੇਟ ਦੇਣੀ, ਉਹ ਬਈ ਚੋਕਲੇਟ ਦੇਣੀ ਦੁਕਾਨ ਤੋਂ ਦੇ ਦਿਓ, ਆ ਤਾਂ ਰਹੀ ਹੈ ਕਿਟ ਕੈਟ ਫਲਾਣੀ, ਖਵਾ ਦਿਓ, ਖਾ ਹੀ ਰਹੇ ਬੱਚੇ, ਬਿਮਾਰ ਹੋ ਰਹੇ ਖਾ ਖਾ ਕੇ। ਲੋਕ ਆਵਾਜ਼ TV ਦੇਖ ਰਹੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਖਾਣ ਪੀਣ ਵੱਲ ਲੋਕਾਂ ਦਾ ਧਿਆਨ ਵੱਧਦਾ ਵੀ ਜਾ ਰਿਹਾ ਅਤੇ ਨਹੀਂ ਵੀ, ਦੋਨੇ ਗੱਲਾਂ ਹੈ। ਲੋਕ ਸੁਣਦੇ ਜ਼ਰੂਰ ਹੈ ਕਿ ਆਹ ਖਾਣਾ ਚਾਹੀਦਾ, ਚੰਗੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ, ਜਿਵੇਂ ਖਾਸ ਤੌਰ ਦੇ ਉੱਤੇ ਕਿਹਾ ਜਾਂਦਾ ਕਿ ਜਿਹੜੇ ਚਿੱਟੇ ਆ, ਚਾਹੇ ਉਹ ਚਿੱਟਾ ਨਸ਼ਾ ਨਹੀਂ, ਜਿਹੜੇ ਚਿੱਟੇ ਆ ਖੰਡ, ਨੂਮ, ਨਮਕ ਅਤੇ ਜਿਹੜੀਆਂ ਇਹ ਚੀਜ਼ਾਂ, ਇਹ ਸਿਹਤ ਲਈ ਬੜੀਆਂ ਖਤਰਨਾਕ ਹੈ, ਪਰ ਫਿਰ ਵੀ ਇਹਨਾਂ ਵੱਲ ਨਹੀਂ ਜਿਹੜਾ ਲੋਕ ਵੱਧ ਜਾ ਰਹੇ। ਬਰਫ਼ ਨੂੰ ਵੀ ਕਹਿ ਦਿੱਤਾ ਜਾਂਦਾ ਇਹਦੇ ਵਿੱਚ, ਚਲੋ ਹੁਣ ਤਾਂ ਸਿਆਲਾਂ ਦਾ ਮੌਸਮ ਹੈ, ਬਰਫ਼ ਨੂੰ ਆਪਾਂ ਛੇੜਦੇ ਨਹੀਂ, ਵੈਸੇ ਹੀ ਬਰਫ਼ ਜੰਮੀ ਪਈ ਹੈ, ਅਤੇ ਪਰ ਇਹਨਾਂ ਚੀਜ਼ਾਂ 'ਤੇ ਕਿਹਾ ਜਾਂਦਾ ਕਿ ਇਹ ਚੀਜ਼ਾਂ ਬੜੀਆਂ ਖਤਰਨਾਕ ਹੈ ਮਨੁੱਖ ਲਈ।
ਇਹਨਾਂ ਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ। ਇਸੇ ਕਰਕੇ ਹੁਣ ਜਿਹੜੇ ਲੋਕ ਹੈ ਉਹ ਗੁੜ ਵਾਲੇ ਪਾਸੇ ਨੂੰ ਵੀ ਰੁਝਾਨ, ਜਿਹੜੇ ਪਹਿਲਾਂ ਘਲਾੜੇ ਪਿੰਡਾਂ ਦੇ ਵਿੱਚ ਲੱਗਦੇ ਹੁੰਦੇ ਸੀ, ਇੱਕ ਦੋ ਜਗ੍ਹਾ ਦੇ ਉੱਤੇ ਉੱਥੇ ਗੁੜ ਹੁੰਦਾ ਸੀ, ਪਰ ਹੁਣ ਅਸੀਂ ਸੜਕਾਂ 'ਤੇ ਜਾਂਦੇ ਜਗ੍ਹਾ ਜਗ੍ਹਾ ਦੇ ਉੱਤੇ ਜਿਹੜੀਆਂ ਗੁੜ ਦੇ ਘਲਾੜੇ ਲੱਗੇ ਹੋਏ ਅਤੇ ਗੁੜ ਮਿਲਦਾ, ਗੁੜ ਦੀ ਮਾਰਕੀਟਿੰਗ ਵੀ ਸ਼ੁਰੂ ਹੋਈ ਹੈ। ਇਹ ਕਿਉਂ ਸ਼ੁਰੂ ਹੋਈ ਹੈ, ਗੁੜ ਅਤੇ ਖੰਡ 'ਚ ਕਿੰਨਾ ਕੁ ਫਰਕ ਹੈ, ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਵੀਰ ਵਿਪਨ ਨੇ ਜਲਾਲਾਬਾਦ ਤੋਂ ਆਏ ਨੇ ਸਾਡੇ ਕੋਲ ਸਪੈਸ਼ਲ ਚੱਲ ਕੇ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ। ਪਹਿਲਾਂ ਗੱਲਬਾਤ ਉੱਧਰ ਜਾਣ ਤੋਂ ਪਹਿਲਾਂ ਇਹਨਾਂ ਨਾਲ ਹੀ ਗੱਲਬਾਤ ਸ਼ੁਰੂ ਕਰਾਂਗੇ ਕਿ ਇਹ ਇੱਧਰਲੇ ਪਾਸੇ ਕਿਵੇਂ ਆਏ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਹੋ ਜੀ? ਠੀਕ ਹਾਂ ਜੀ, ਬਹੁਤ ਵਧੀਆ ਸਰ, ਤੁਸੀਂ ਸੁਣਾਓ? ਸੌਖਾ ਰਿਹਾ ਹੁਣ? ਠੰਡ ਤਾਂ ਬਹੁਤ ਸੀਗੀ। ਨਹੀਂ, ਹੁਣ ਤਾਂ ਮਾਲਕ ਨੇ ਕਾਰਾਂ ਦੇ ਦਿੱਤੀਆਂ ਜੀ, ਅਤੇ ਛੋਟਾ ਲੰਘਣ ਲੱਗ ਗਿਆ ਸਫ਼ਰ। ਬਹੁਤ ਲੇਟ ਚੱਲੇ ਹਾਂ ਅਤੇ ਬੜੀ ਜਲਦੀ ਪਹੁੰਚ ਗਏ ਹਾਂ, ਸੜਕਾਂ ਵਧੀਆ ਨੇ। ਚਲੋ, ਧੁੰਦ ਤਾਂ ਨਹੀਂ ਸੀਗੀ ਅੱਜ ਤਾਂ ਕਰਕੇ ਜਲਦੀ। ਤੁਸੀਂ ਸੁਣਾਓ, ਸਾਰੀ ਟੀਮ ਤੁਹਾਡੀ ਠੀਕ? ਬਹੁਤ ਵਧੀਆ, ਬਹੁਤ ਵਧੀਆ। ਮੈਂ ਸਭ ਤੋਂ ਪਹਿਲਾਂ ਰੋਕਣਾ ਚਾਹੁੰਦਾ, ਅਤੇ ਟੀਵੀ 'ਤੇ ਦੇਖਦੇ ਬੜੇ ਅਗਰੈਸਿਵ ਹੈਗੇ ਹੋ, ਅਤੇ ਅੱਜ ਮਿਲ ਕੇ ਲੱਗਿਆ ਕਿ ਬੜੀ ਸੋਫਟ ਨੇਚਰ ਦੇ ਹੋ ਤੁਸੀਂ, ਔਰ ਸਰ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ। ਔਰ ਪੰਜਾਬੀ ਲੋਕ ਆਵਾਜ਼ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੈਂ ਕਹਿੰਦਾ ਕਿ ਬਾਈ ਨੂੰ ਕਦੀ ਨਾ ਕਦੀ ਜ਼ਰੂਰ ਮਿਲ ਕੇ ਜਾਇਓ। ਬਾਈ ਦਾ ਨੇਚਰ ਉਸ ਟਾਈਮ ਕੁਛ ਹੋਰ ਰੂਪ ਹੁੰਦਾ ਜਦੋਂ ਵੀਡੀਓ ਦੇ ਹੁੰਦੇ, ਬਟ ਅੱਜ ਮਿਲ ਕੇ ਐਂ ਲੱਗਿਆ ਕਿ ਜਿਵੇਂ ਪਤਾ ਨਹੀਂ ਅਸੀਂ ਕਿੰਨਾ ਪੁਰਾਣਾ ਜਾਣਦੇ ਹਾਂ, ਔਰ ਬਹੁਤ ਬਹੁਤ ਖੁਸ਼ੀ ਹੋਈ ਮਿਲ ਕੇ ਤੁਹਾਨੂੰ ਜੀ। ਬਹੁਤ ਧੰਨਵਾਦ ਵਿਪਨ ਜੀ। ਸਭ ਤੋਂ ਪਹਿਲਾਂ ਮੈਂ ਤੁਸੀਂ ਇਹ ਗੁੜ ਦਾ ਤੁਹਾਡਾ ਘਲਾੜਾ ਚੱਲਦਾ ਜਲਾਲਾਬਾਦ, ਹਾਂਜੀ, ਤੁਸੀਂ ਇਹ ਲੈਣ ਦੇ ਵਿੱਚ ਕਿਵੇਂ ਆਏ, ਕਿਉਂ ਆਏ, ਇਹਦੇ ਬਾਰੇ ਜ਼ਰੂਰ ਦੱਸਿਓ। ਮਜਬੂਰੀ ਕਹਿ ਲਓ, ਕਿਸਮਤ ਕਹਿ ਲਓ, ਖਿੱਚ ਕੇ ਲਿਆਈ। ਮੈਂ ਪਿਛਲੀ ਇੰਟਰਵਿਊ 'ਚ ਵੀ ਜ਼ਿਕਰ ਕੀਤਾ ਸੀ, ਚਲੋ ਉਹ ਦਰਸ਼ਕ ਜਲਾਲਾਬਾਦ ਏਰੀਏ ਦੇ ਸੀ, ਹੁਣ ਅੱਜ ਆਪਾਂ ਤੁਹਾਡਾ ਜਿਹੜੀ ਆਪਣਾ ਏਰੀਆ ਹੋਰ ਹੈ ਤੁਹਾਡਾ, ਅਤੇ ਤੁਹਾਡੀ ਬੈਲਟ ਹੋਰ ਹੈ ਦਰਸ਼ਕਾਂ ਦੀ ਸਾਰੀ ਨਾ। ਸੋ ਜਦੋਂ ਟੀਨੇਜ 'ਚੋਂ ਨਿਕਲਦੇ ਹਾਂ ਅਤੇ ਸਟੱਡੀ ਕਰਦੇ ਕਰਦੇ ਜ਼ਿੰਦਗੀ ਕਿੱਧਰ ਨੂੰ ਜਾਂਦੀ ਉਸ ਟਾਈਮ ਪਤਾ ਨਹੀਂ ਚੱਲਦਾ। ਜਿਹੜੀ ਫੈਮਿਲੀ 'ਚੋਂ ਮੈਂ ਉੱਠਿਆ ਤਾਂ ਸਾਡੇ ਘਰ ਤੋਂ ਕੋਈ ਬਾਹਰ ਪਹਿਲੇ ਪੜ੍ਹਨ ਨਹੀਂ ਗਿਆ ਸੀ, ਮੈਂ ਜਲੰਧਰ ਪੜ੍ਹਿਆ। ਕੁਦਰਤੀ ਕੋਈ ਵਾਕਿਆ ਹੋਇਆ, ਗੱਲਾਂ ਲੰਬੀਆਂ ਨੇ, ਫਿਰ ਮੈਡੀਕਲ ਲਾਈਨ 'ਚ ਆਉਣਾ ਪੈ ਗਿਆ, ਡਾਕਟਰੀ ਲਾਈਨ 'ਚ ਆ ਗਏ, ਉੱਧਰੋਂ ਛੱਡ ਕੇ ਫਿਰ ਬਿਜ਼ਨਸ 'ਚ ਚੰਡੀਗੜ੍ਹ ਜਾਣਾ ਪੈ ਗਿਆ। ਮੋਹਾਲੀ ਜਾ ਕੇ ਬਿਜ਼ਨਸ ਕਰ ਲਿਆ ਬੁਟੀਕ ਦਾ, ਕੰਮ ਬਹੁਤ ਵਧੀਆ ਚੱਲ ਗਿਆ, ਜਾਂਦੇ ਹੀ ਮਾਰ ਪੈ ਗਈ ਨੋਟਬੰਦੀ ਦੀ, ਉਹ ਸਾਂਭ ਗਏ, ਫਿਰ ਕੋਵਿਡ ਆਇਆ। ਕੋਵਿਡ ਦੇ ਦੌਰਾਨ ਹੀ ਮੇਰੀ ਮੈਰਿਜ ਹੋਈ ਹੈ, ਮੈਰਿਜ ਹੋਣ ਤੋਂ ਰੀਸੈਂਟਲੀ ਬਾਅਦ ਕੋਵਿਡ, ਔਰ ਘਰ ਇੱਥੇ ਆ ਕੇ ਪਿੰਡ ਵਿਹਲੇ ਹੋ ਗਏ ਜਮ੍ਹਾਂ ਜਲਾਲਾਬਾਦ, ਸੋਚਿਆ ਵੀ ਕੀ ਕਰੀਏ, ਅਤੇ ਫਿਰ ਇੱਕ ਦਿਨ ਕਿਸੇ ਵਿਹਲੇ ਅਤੇ ਪਾਪਾ ਗੰਨਾ ਬੀਜਦੇ ਹੀ ਥੋੜ੍ਹਾ ਬਹੁਤ, ਅਤੇ ਗੁੜ ਕਢਾਉਣ ਗਿਆ, ਅਤੇ ਉਹ ਜਿਵੇਂ ਕਹਿੰਦੇ ਨਾ ਵੀ ਬੰਦੇ ਨਾਲ ਗੱਲ ਕੀਤੀ ਵੀ ਭਾਅ ਜੀ ਅਸੀਂ ਵੀ ਆ ਕਰਨਾ ਚਾਹੁੰਦੇ ਹਾਂ, ਉਹ ਕਹਿੰਦਾ ਵੀ ਇਹ ਜਿਹਨੂੰ ਅੱਜ ਕੱਲ੍ਹ ਤੁਸੀਂ ਵਿਹਲੇ ਦਾ ਪੁੱਛ ਲਓਗੇ ਤਾਂ ਉਹ ਇਹ ਕਹਿੰਦੇ ਨੇ ਵੀ ਨੀਂਦ ਦੀਆਂ ਗੋਲੀਆਂ ਕੋਲ ਰੱਖ ਲਓ ਅਤੇ ਵੇਲ ਨਾਲ ਚਲਾ ਲਓ। ਮੈਂ ਕਿਹਾ ਇੰਨਾ ਕਿੰਨਾ ਕੁ ਔਖਾ ਕੰਮ ਹੈ, ਉਹ ਮਨ 'ਚ ਆਇਆ ਅਤੇ ਉਹ ਫਿਰ ਚਲਾਤਾ, ਪਰ ਜਦੋਂ ਚਲਾਇਆ ਤਾਂ ਇਹ ਸੋਚ ਕੇ ਚਲਾਇਆ ਵੀ ਵੇਲ ਨਾਲ ਨਹੀਂ ਚਲਾਉਣਾ, ਇਸ ਕੰਮ ਨੂੰ ਬਹੁਤ ਅੱਗੇ ਲੈ ਕੇ ਜਾਣਾ, ਕਿਉਂਕਿ ਤੁਸੀਂ ਹੁਣ ਆਪਾਂ ਅੱਗੇ ਡਿਟੇਲ 'ਚ ਗੱਲ ਕਰਾਂਗੇ ਖੰਡ ਦੇ ਉੱਤੇ। ਜਦੋਂ ਚਲਾਉਂਦੇ ਗਏ ਬਜ਼ੁਰਗ ਕੋਈ ਵੀ ਬਿਜ਼ਨਸ, ਮਨਿੰਦਰ ਜੀ ਇੱਕ ਚੀਜ਼ ਦੇਖਿਓ, ਮੈਂ ਦਰਸ਼ਕਾਂ ਨੂੰ ਵੀ ਕਹਿੰਦਾ ਵੀ ਤੁਸੀਂ ਕੋਈ ਵੀ ਕੰਮ ਕਰ ਲਓ, ਕੋਈ ਕੱਪੜੇ ਦਾ ਸ਼ੋਰੂਮ ਕਰ ਲਓ, ਸੋਨੇ ਦਾ, ਸੁਨਿਆਰੇ ਦਾ ਕਰ ਲਓ, ਤੁਹਾਨੂੰ ਜਿਹੜੇ ਵੇਲਾਂ 'ਚ ਲਾ ਕੇ ਖੁਸ਼ੀ ਮਿਲਦੀ ਨਾ, ਲੋਕ ਆ ਕੇ ਜਦੋਂ ਫੈਮਿਲੀ ਨਾਲ ਵੇਲਾਂ ਦੇਖਦੇ, ਤੁਸੀਂ ਕੋਈ ਵੀ ਕੰਮ ਕਰ ਲਓ, ਲੋਕ ਦੇਖਣ ਨਹੀਂ ਆਉਂਦੇ, ਪੈਸਟੀਸਾਈਡ ਦਾ ਕਰ ਲਓ, ਈਵਨ ਕੋਈ ਵੀ ਕੰਮ ਲੈ ਲਓ, ਇੱਕ ਵੇਲਾਂ ਇਹੋ ਜਿਹੀ ਚੀਜ਼ ਹੈ ਜਿਹਨੂੰ ਪਰਿਵਾਰ ਬੜੀ ਖੁਸ਼ੀ ਨਾਲ ਵੇਖਣ ਆਉਂਦਾ। ਮੇਰੇ ਕੋਲ ਬੜੀਆਂ ਫੈਮਲੀਆਂ ਆਉਂਦੀਆਂ ਬੱਚਿਆਂ ਨੂੰ ਲੈ ਕੇ, ਉਹ ਕਰਿਆਨੇ ਸਟੋਰ ਵਾਲਿਆਂ ਦੇ ਬੱਚੇ ਵੀ ਆਉਂਦੇ ਆ, ਜਿਹੜੇ ਆਪ ਆਪਣੇ ਰੋਜ਼ ਕਿੰਨੇ ਗੱਟੇ ਗੁੜ ਵੇਚਦੇ, ਉਹਨਾਂ ਦੇ ਬੱਚੇ ਵੇਖਣ ਆਉਂਦੇ ਗੁੜ ਬਣਦਾ ਕਿਵੇਂ। ਜਿਵੇਂ ਮੈਂ ਤੁਹਾਨੂੰ ਦੱਸਦਾ ਕੇ ਵੀ ਸਕੂਲ ਜਲਾਲਾਬਾਦ ਨਾਲ ਜਿਹੜਾ BSF ਦੇ ਅੰਦਰ ਚੱਲਦਾ ਜੀ, ਉਹ ਸਾਰੀ 300-400 ਬੱਚੇ ਨੂੰ ਲੈ ਕੇ ਆਏ, ਨਾਲ ਸਿਕਿਉਰਟੀ ਆਈ BSF ਦੀ ਪੂਰੀ, ਔਰ ਸਾਰਾ ਦਿਨ ਉਹ ਰਹਿ ਕੇ ਗਏ, ਕਿੰਨਾ ਉਹਨਾਂ ਨੇ ਇੰਜੋਏ ਕੀਤਾ, ਔਰ ਖੁਸ਼ੀ ਮਿਲਦੀ ਹੈ। ਔਰ ਅੱਜ ਕੱਲ੍ਹ ਕੋਈ ਬਿਜ਼ਨਸ ਕਰੋ ਸਾਡੀ ਟੈਨਸ਼ਨ ਹੀ ਨਹੀਂ ਜਾਂਦੀ ਕਿ ਟੈਕਸ ਦਾ ਚੱਕਰ, ਫਲਾਣੀ ਰੇਡ, ਐਕਸਾਈਜ਼ ਵਾਲੇ ਬੰਦੇ, ਫਲਾਣਾ ਜੀ ਜੇ ਵੋ, ਪਰ ਵੇਲਾਂ ਚਲਾ ਕੇ ਜੋ ਸਕੂਨ ਮਿਲ ਰਿਹਾ, ਆਇਆ ਮੈਂ ਮਜਬੂਰੀ ਕਰਕੇ ਸੀ ਇੱਧਰ ਨੂੰ, ਪਰ ਹੁਣ ਜੋ ਮਜ਼ਾ ਆ ਰਿਹਾ ਉਹ ਇਸ਼ਕ ਹੀ ਆ ਰਿਹਾ ਜੀ, ਇਸ਼ਕ ਆ ਰਿਹਾ, ਪੂਰਾ ਇਸ਼ਕ ਆ ਰਿਹਾ। ਅੱਛਾ, ਆਪਾਂ ਹੁਣ ਗੁੜ 'ਤੇ ਆ ਜਾਂਦੇ ਹਾਂ, ਗੁੜ ਵੱਲ ਲੋਕਾਂ ਦਾ ਰੁਝਾਨ ਵੱਧਦਾ ਜਾ ਰਿਹਾ। ਪਹਿਲਾਂ ਇਹ ਘਰਾਂ ਦੇ ਵਿੱਚ ਆਮ ਹੀ ਹੁੰਦਾ ਸੀ, ਹਾਂਜੀ, ਠੀਕ ਹੈ,
ਫਿਰ ਆਇਆ ਵੀ ਖੰਡ ਆਈ, ਮਤਲਬ ਜੇ ਦੇਸੀ ਕਹਿ ਲਈਏ ਤਾਂ ਪਹਿਲਾਂ ਲੋਕ ਨਾ ਜੇ ਕੋਈ ਪ੍ਰਾਹੁਣਾ ਆਉਂਦਾ ਉਹਦੇ ਵਾਸਤੇ ਕਹਿੰਦੇ ਪੱਕੇ ਮਿੱਠੇ ਦੀ ਕਹਿਣ, ਖੰਡ ਨੂੰ ਪੱਕਾ ਮਿੱਠਾ ਪੱਕਾ ਮਿੱਠਾ, ਠੀਕ ਆ। ਇਹ ਸਾਡੇ ਘਰਾਂ ਦੇ ਵਿੱਚ ਆਈ ਸੀ ਟੌਰ ਵਾਸਤੇ, ਫਿਰ ਇਹ ਟੌਰ ਬਣੀ, ਹੁਣ ਇਹ ਸਾਡੇ ਘਰਾਂ ਦੇ ਵਿੱਚ ਪੱਕੀ ਵਸ ਗਈ। ਅਤੇ ਹੁਣ ਫਿਰ ਲੋਕ ਕਹਿੰਦੇ ਵੀ ਗੁੜ ਵਾਲੇ ਪਾਸੇ ਨੂੰ ਆਈਏ, ਜਿਹੜੀ ਚੀਜ਼ ਪਹਿਲਾਂ ਸੀਗੀ। ਗੁੜ ਅਤੇ ਖੰਡ ਦੇ ਵਿੱਚ ਮੈਂ ਮੁੱਦੇ 'ਤੇ ਆਉਣਾ ਹੈ, ਇਹਨਾਂ 'ਚ ਫਰਕ ਕੀ ਹੈ ਅਤੇ ਨੁਕਸਾਨ ਕਿਹਦੇ ਵੱਧ ਹੈ ਅਤੇ ਫਾਇਦੇ ਕਿਹਦੇ ਵੱਧ? ਫਰਕ ਤਾਂ ਮੈਂ ਤੁਹਾਨੂੰ ਦੱਸਦਾ ਕੀ ਹੁੰਦਾ ਕਿ ਪ੍ਰੋਪਾਗੈਂਡਾ ਚੱਲ ਰਿਹਾ ਪੰਜਾਬ ਨੂੰ ਮਾਰਨ ਦਾ ਬਹੁਤ ਤਕੜੇ ਤਰੀਕੇ ਨਾਲ। ਕੋਈ ਚੀਜ਼ ਵੀ ਲੈ ਲਓ, ਜਿਵੇਂ ਗੋਰੇ ਪਹਿਲਾਂ ਇੱਥੇ ਆਏ ਅਤੇ ਆ ਕੇ ਉਹਨਾਂ ਨੂੰ ਭੇਜਿਆ, ਕਿੰਨੀ ਜਾਨ ਲੱਗੀ ਸਾਡੇ ਸ਼ਹੀਦ ਬਾਬਾ ਊਧਮ ਸਿੰਘ ਜੀ ਉਹਨਾਂ ਦਾ, ਕਿੰਨਾ ਸਾਡੀ ਬਰਾਦਰੀ ਨਾਲ ਸੰਬੰਧ ਰੱਖਦੇ, ਅਸੀਂ ਵੀ ਉਹਨਾਂ ਦੀ ਬਰਾਦਰੀ 'ਚੋਂ ਹਾਂ। ਇੰਗਲੈਂਡ ਜਾ ਕੇ ਉਹਨਾਂ ਨੇ ਬਦਲੇ ਲਏ ਕਿ ਇਹਨਾਂ ਨੂੰ ਕੱਢਣ ਲਈ, ਇਮੀਗ੍ਰੇਸ਼ਨ ਥਾਂ ਥਾਂ 'ਤੇ ਖੁੱਲ੍ਹ ਗਏ। ਅੱਜ ਜਿਨ੍ਹਾਂ ਨੂੰ ਅਸੀਂ ਭਜਾਇਆ, ਅੱਜ ਅਸੀਂ ਉੱਥੇ ਭੱਜਣ ਨੂੰ ਫਿਰਦੇ ਹਾਂ ਲੱਖਾਂ ਰੁਪਈਆ ਚੱਕ ਕੇ। ਗੋਰੇ ਜਦੋਂ ਆਏ ਤਾਂ ਖੰਡ ਉਹ ਲੈ ਕੇ ਆਏ ਬੇਸਿਕਲੀ, ਇੱਥੇ ਚੀਨੀ ਜਿਹਨੂੰ ਕਹਿ ਲਓ, ਖੰਡ ਕਹਿ ਲਓ, ਦੇਸੀ ਖੰਡ ਵਰਡ ਜਿਹੜਾ ਦੇਸੀ ਨੂੰ ਕਿਹਾ ਜਾਂਦਾ, ਖੰਡ ਜਿਹੜਾ ਵਰਡ ਹੈ, ਚੀਨੀ ਆ ਗਈ। ਚਲੋ ਉਹ ਪਰਾਉਣ, ਜਿਵੇਂ ਤੁਸੀਂ ਜ਼ਿਕਰ ਕੀਤਾ, ਬੜਾ ਸਹੀ ਜ਼ਿਕਰ ਕੀਤਾ, ਵੀ ਨੌਲੇਜ ਕੋਈ ਕੋਈ ਰੱਖਦਾ ਕਿ ਪਰਾਹੁਣਿਆਂ ਦੇ ਲਈ ਅਸੀਂ ਇਕੱਲੀ ਬਣਾਉਂਦੇ ਹੁੰਦੇ ਸੀ ਚਾਹ ਪੱਕੇ ਮਿੱਠੇ ਦੀ। ਉਹਦਾ ਕਾਰਨ ਇਹ ਸੀ ਕਿ ਹਰ ਪਿੰਡ ਦੇ ਵਿੱਚ ਨਾ ਵੇਲੇ ਲੱਗੇ ਹੁੰਦੇ ਸੀ। ਪੁਰਾਣੇ ਬਜ਼ੁਰਗਾਂ ਕੋਲ ਬੈਠੋ ਗੱਲ ਸੁਣਾਉਂਦੇ ਆ ਕਿ ਅਸੀਂ ਜੀ ਇੰਨੇ ਇੰਨੇ ਕਿੱਲਿਆਂ ਦਾ ਕਮਾਂਦ ਪੀੜ ਦਿੰਦੇ ਸੀ, ਪੀਪੇ ਨਾਲ ਚੱਲਦਾ ਹੁੰਦਾ ਸੀ ਸਿਸਟਮ, ਸਿੰਗਲ ਸਿੰਗਲ ਕੜਾਏ ਹੁੰਦੇ ਸੀ। ਅੱਜ ਵਾਲਾ, ਅੱਜ ਤਾਂ ਆਧੁਨਿਕ ਮਸ਼ੀਨਾਂ ਆ ਗਈਆਂ, ਬੜਾ ਕੁਛ ਵੱਧ ਗਿਆ ਅੱਗੇ। ਉਦੋਂ ਜਦੋਂ ਦੇਗ ਦੀ ਗੱਲ ਕਰਦੇ ਹਾਂ ਆਪਾਂ, ਮਤਲਬ ਆਪ ਤੁਸੀਂ ਵੀ ਸਿੱਖ ਧਰਮ ਨੂੰ ਬਿਲੋਂਗ ਕਰਦੇ ਹੋ, ਮੈਂ ਵੀ, ਜਦੋਂ ਕੜਾਹ ਪ੍ਰਸ਼ਾਦ ਪਹਿਲੀ ਵਾਰੀ ਬਣਿਆ, ਸਾਡੇ ਗੁਰੂਆਂ ਨੇ ਜਿਹੜੀ ਸਾਨੂੰ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਦਿੱਤੀ, ਤਾਂ ਉਹ ਵੀ ਜਦੋਂ ਪਹਿਲੀ ਵਾਰੀ ਬਣਿਆ, ਇਹ ਵੀ ਮਰਿਆਦਾ ਦੀ ਗੱਲਾਂ ਨੇ, ਬੜਾ ਲੰਮਾ ਟੌਪਿਕ, ਕਦੇ ਇਸ 'ਤੇ ਵੀ ਗੱਲ ਕਰਾਂਗੇ। ਤਾਂ ਪਹਿਲੀ ਵਾਰੀ ਜਦੋਂ ਦੇਗ ਵੀ ਬਣੀ ਸੀ, ਉਹ ਗੁੜ ਔਰ ਸ਼ੱਕਰ ਨਾਲ ਹੀ ਬਣੀ ਸੀ। ਅੱਜ ਜੇ ਅਸੀਂ ਖੰਡ ਪਾਠ ਸਾਹਿਬ ਰਖਾਉਂਦੇ ਹਾਂ ਜਾਂ ਆਪਾਂ ਭੋਗ ਲਗਾਉਂਦੇ ਹਾਂ ਦੇਗ ਨੂੰ ਜਦੋਂ ਗੁਰਦੁਆਰਾ ਸਾਹਿਬ 'ਚ, ਚਲੋ ਇਹ ਕਹਿਣਾ ਨਹੀਂ ਚਾਹੀਦਾ, ਬੜੇ ਵਿਸ਼ੇ ਦੀ ਗੱਲਾਂ ਨੇ, ਅਤੇ ਉਹਦੇ ਵਿੱਚ ਆਪਾਂ ਖੰਡ ਨਾਲ ਤਿਆਰ ਕਰਕੇ ਕਿੰਨੇ ਸਤਿਕਾਰ ਨਾਲ ਲੈ ਕੇ ਜਾਂਦੇ ਹਾਂ, ਜਦਕਿ ਉਹ ਨਹੀਂ ਹੋਣਾ ਚਾਹੀਦਾ। ਚਲੋ ਹੁਣ ਕੁਛ ਚੀਜ਼ਾਂ ਗੱਲਾਂ ਉੱਠ ਪਈਆਂ ਇਸ ਚੀਜ਼ 'ਤੇ, ਹੋ ਸਕਦਾ ਇਹ ਵੀਡੀਓ ਕੁਛ ਆ ਰਹੀਆਂ ਨੇ ਕਿ ਇਸ ਚੀਜ਼ ਨੂੰ ਸ਼੍ਰੋਮਣੀ ਕਮੇਟੀ ਜਾਂ ਐਸ ਜੀ ਪੀ ਸੀ ਕੋਈ ਇਹਦੇ 'ਤੇ ਫੈਸਲਾ ਲੈਣ, ਮੈਂ ਚਾਹੁੰਦਾ ਲੈਣਾ ਚਾਹੀਦਾ, ਕਿਉਂਕਿ ਵੀ ਗੁੜ ਕੜਾਹ ਪ੍ਰਸ਼ਾਦ ਦੇ ਵਿੱਚ ਵੀ ਗੁੜ ਹੀ ਚੱਲਣਾ ਚਾਹੀਦਾ। ਹੁਣ ਆਪਾਂ ਆ ਜਾਂਦੇ ਹਾਂ ਜੀ ਫਰਕ ਕੀ ਹੈ, ਤੁਸੀਂ ਪੁੱਛਿਆ ਮੈਨੂੰ, ਇਹ ਟੋਟਲ ਕੈਮੀਕਲ ਤੋਂ ਤਿਆਰ ਹੋਇਆ ਜੀ। ਕੁਛ ਆਪਾਂ ਗੂਗਲ ਕਰਦੇ ਹਾਂ ਤਾਂ ਆਪਾਂ ਨੂੰ 80 ਤੋਂ ਬਾਅਦ ਮਿੱਲਾਂ ਦਾ ਮਿਲਦਾ, ਬਟ ਸਹੀ ਮਿੱਲਾਂ ਜਿਹੜੀਆਂ 1900 ਤੋਂ ਬਾਅਦ ਜਿਹੜਾ ਸਟਾਰਟ ਹੋਈ, 1940 ਜਾਂ 36 ਤੋਂ ਵਿੱਚ ਇਹ ਸਟਾਰਟ ਹੋ ਗਈਆਂ ਸੀ, ਬਟ ਐਗਜੈਕਟ ਇਹਦਾ ਕੁਛ ਨਹੀਂ ਮਿਲਦਾ। ਹੁਣ ਹੋਇਆ ਕੀ ਜੀ, ਇਹਨਾਂ ਨੇ ਦੇਖਿਆ ਕਿ ਪੰਜਾਬ ਦੀ ਧਰਤੀ ਤਾਂ ਚਾਹੇ ਸੋਨਾ ਉਗਾ ਲਓ ਇੰਨੀ ਕੀਮਤੀ ਹੈ, ਇਹਨਾਂ ਨੇ ਗੰਨਾ ਲਵਾਉਣਾ ਸਟਾਰਟ ਕੀਤਾ, ਮਿੱਲਾਂ ਲੈ ਕੇ ਆ ਗਏ। ਸਟਾਰਟਿੰਗ ਦੇ ਬੰਦਿਆਂ ਨੇ, ਪੰਜਾਬੀ ਜੋ ਵੀ ਕੰਮ ਸਟਾਰਟ ਕਰਦੇ ਬੜੀ ਰੂਹ ਨਾਲ ਕਰਦੇ ਆ, ਪੰਜਾਬੀਆਂ ਨੇ ਗੰਨਾ ਲਾਇਆ ਜੀ, ਮਿੱਲਾਂ ਨੇ ਪੇਮੈਂਟਾਂ ਨਹੀਂ ਦਿੱਤੀਆਂ, ਉੱਥੇ ਧੱਕੇ ਖਾਣੇ ਪਏ, ਅੱਜ ਵੀ ਧਰਨੇ ਲੱਗਦੇ ਆ। ਇਹਨਾਂ ਨੇ ਕੀ ਕੀਤਾ, ਸਾਡੇ ਤੋਂ ਗੰਨਾ ਬਿਜਾ ਕੇ, ਸਾਡਾ ਸਿਰ ਸਾਡੀਆਂ ਜੁੱਤੀਆਂ ਮਨਿੰਦਰ ਜੀ, ਸਾਡੇ ਤੋਂ ਗੰਨਾ ਬਿਜਾ ਕੇ, ਸਾਡਾ ਗੁੜ ਸਾਡੇ ਤੋਂ ਖੋਹ ਕੇ, ਅਤੇ ਆਪਦੇ ਕੈਮੀਕਲ ਚੀਨੀ ਤਿਆਰ ਕਰਕੇ ਉਹ ਸਾਨੂੰ ਦੇਣ ਲੱਗ ਗਏ। ਹੁਣ ਸਵੇਰੇ ਉੱਠੋ ਅਤੇ ਹਰ ਬੰਦਾ, ਤੁਹਾਨੂੰ ਪਤਾ ਪੰਜਾਬੀ 98% ਚਾਹ ਰੋਜ਼ ਸਵੇਰੇ ਉੱਠਦਾ, ਕੀ ਪੀਂਦੇ ਆਪਾਂ, ਪਾਣੀ ਵੀ ਨਹੀਂ ਪੀਂਦੇ, ਪਹਿਲਾਂ ਚਾਹ ਲਿਆਓ ਜੀ, ਬੈੱਡ ਟੀ ਲਿਆਓ। ਤਾਂ ਉਹ ਦੇਖੋ ਜੀ, ਸੁਬਾਹ ਹੀ ਅਸੀਂ ਚੀਨੀ ਜਦੋਂ ਪੀਣੀ ਸਟਾਰਟ ਕਰ ਦਿੰਦੇ ਹਾਂ, ਦਿਨ 'ਚ 6-7 ਵਾਰੀ ਸਰਦੀ 'ਚ ਚਾਹ, ਫਿਰ ਪਿੰਨੀਆਂ ਬਣਾ ਲਓ, ਬੂਰਾ ਖੰਡ ਮਿਲ ਜਾਂਦੀ ਜੀ ਪੰਸਾਰੀ ਤੋਂ, ਅੱਜ ਕੱਲ੍ਹ ਬੀਬੀਆਂ ਕੋਈ ਮਿਹਨਤ ਵੀ ਨਹੀਂ ਕਰਨਾ ਚਾਹੁੰਦਾ, ਰੌਲਾ ਵੀ ਹੈ ਸਾਰਾ। ਤਾਂ ਸਾਰਾ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਖੰਡ ਆ ਗਈ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਤੁਸੀਂ ਦੋ ਚੀਜ਼ਾਂ ਕਿਸੇ ਵੀ ਰਿਸ਼ਤੇਦਾਰ ਜਾਂ ਪੁਰਾਣੇ ਦੇ ਘਰੇ ਜਾਓਗੇ ਨਾ, ਪੁਰਾਣੇ ਪਹਿਲਾਂ ਲੋਕ ਚਾਰਜਰ ਮੰਗਦੇ ਸੀ, ਹੁਣ ਸਵੇਰੇ ਉੱਠਦਿਆਂ ਕੀ ਮੰਗਦੇ ਆ ਜੀ, ਖਾਲੀ ਪੇਟ ਵਾਲੀ ਗੋਲੀ ਹੈਗੀ ਹੈ, ਕਿਤੇ ਵੀ ਜਾਂਦੇ ਹੋ ਨਾ, ਆਮ ਹੀ ਘਰੇ ਪਈਆਂ ਨੇ, ਆਮ ਹੀ ਮੈਡੀਕਲ 'ਤੇ ਜਾਂਦੇ, ਉਹ ਖਾਲੀ ਪੇਟ ਵਾਲਾ ਕੈਪਸੂਲ ਦਾ ਪੱਤਾ ਦੇ ਦਿਓ ਜੀ 10 ਰੁਪਏ, ਜਾਂ ਬੀਪੀ ਦਾ ਉਹਦੇ। ਇਹ ਦੋਨਾਂ ਦੇ ਵੱਡੇ ਕਾਰਨ ਜਿਹੜੇ ਹੈਗੇ ਉਹ ਖੰਡ ਹੀ ਹੈਗੀ ਹੈ। ਖੰਡ ਦੇ ਵਿੱਚ ਇੰਨਾ ਕੁ ਜ਼ਿਆਦਾ ਕੈਮੀਕਲ ਹੈ, ਜੇ ਇਹਦੇ 'ਤੇ ਆਪਾਂ ਕੋਈ ਬੁੱਧੀਜੀਵੀ ਬਿਠਾ ਕੇ ਡਿਬੇਟ ਰੱਖ ਲਈਏ ਨਾ, ਕੋਈ ਜਿਹੜੇ ਜਿਹੜੇ ਹੈਗੇ ਫੂਡ ਸੇਫਟੀ ਵਾਲੇ ਬੰਦੇ, ਤਾਂ ਉਹ ਇਹਦੇ 'ਚ ਦੱਸ ਪਾਣਗੇ ਕਿ ਐਕਚੁਅਲ ਇਹਦੇ 'ਚ ਕਿੰਨਾ ਜ਼ਿਆਦਾ ਕੈਮੀਕਲ ਪਾ ਕੇ ਸਾਨੂੰ ਖਵਾਇਆ ਜਾ ਰਿਹਾ, ਔਰ ਸਾਡੀ ਜ਼ਿੰਦਗੀ ਦੇ ਵਿੱਚ
ਖਾਣ ਪੀਣ 'ਚ 30-40% ਮੰਨ ਕੇ ਚੱਲੋ ਖੰਡ ਹੈ, ਔਰ ਖੰਡ ਹੀ ਅਸੀਂ ਕੈਮੀਕਲ ਖਾ ਰਹੇ ਹਾਂ, ਉਸ ਤੋਂ ਬਾਅਦ ਹੀ ਅਸੀਂ ਆਪਦੇ ਹੱਥੀਂ ਗੰਨਾ ਤਿਆਰ ਕਰਕੇ ਮਿਲ ਨੂੰ ਦੇ ਰਹੇ ਹਾਂ, ਉਹ ਸਾਨੂੰ ਕੈਮੀਕਲ ਬਣਾ ਕੇ ਦੇ ਰਹੇ ਹੈ, ਉਹ ਖਾ ਕੇ ਫਿਰ ਅਸੀਂ ਡਾਕਟਰਾਂ ਦੇ ਜਾ ਰਹੇ ਹਾਂ, ਡਾਕਟਰਾਂ ਦੇ। ਹਾਂਜੀ ਹਾਂਜੀ, ਮਤਲਬ ਖਾ ਗੁੜ ਦੇ ਵਿੱਚ, ਮਤਲਬ ਇੱਕ ਗੱਲ ਇਹ ਵੀ ਹੈ ਕਿ ਬਹੁਤੇ ਲੋਕ ਸ਼ੂਗਰ ਵਾਲੇ ਉਹ ਹੁੰਦੇ ਆ ਵੀ ਉਹ ਵੀ ਸੋਚ ਲੈਂਦੇ ਆ ਵੀ ਯਾਰ ਖੰਡ 'ਚ ਸ਼ੂਗਰ ਵੱਧ ਹੈ ਅਤੇ ਗੁੜ 'ਚ ਸ਼ੂਗਰ ਘੱਟ ਹੈ, ਇਹ ਗੱਲ ਸੋਚ ਲੈਂਦੇ, ਪਰ ਕਈ ਸੱਚ ਹੈ ਵੀ ਸ਼ੂਗਰ ਤਾਂ ਬਰਾਬਰ ਹੀ ਹੁੰਦੀ ਹੈ ਇਹਨਾਂ ਦੇ ਵਿੱਚ। ਸ਼ੂਗਰ ਬਰਾਬਰ ਹੁੰਦੀ ਮਨਿੰਦਰ ਜੀ, ਇਹਦੇ 'ਚ ਇੱਕ ਚੀਜ਼ ਆ ਵੀ ਗੁੜ 'ਚ ਕੈਮੀਕਲ ਨਹੀਂ ਹੁੰਦਾ, ਮਤਲਬ ਸ਼ੂਗਰ ਹੋਣ ਤੋਂ ਬਾਅਦ ਲੋਕ ਇਹ ਸੋਚਣ ਲੱਗ ਜਾਂਦੇ ਵੀ ਮੈਂ ਗੁੜ ਖਾ ਲਾ, ਮੇਰੇ ਕੋਲ ਵੇਲਣੇ ਤਾਂ ਬੜੇ ਬੰਦੇ ਆਉਂਦੇ ਆ, ਸ਼ੂਗਰ ਫ੍ਰੀ ਗੁੜ ਦੇ ਦਿਓ ਜੀ, ਹੁਣ ਨਮਕ ਦੇ ਵਿੱਚੋਂ ਨਮਕ ਕਿਵੇਂ ਕੱਢ ਦੇਵਾਂਗੇ ਤੁਸੀਂ ਆਪ ਦੱਸੋ। ਕੰਪਨੀਆਂ ਦੀ ਸਟ੍ਰੈਟੇਜੀ ਹੈ, ਪਾਗਲ ਬਣਾ ਰਹੇ ਆਪਾਂ ਨੂੰ, ਉਹ ਅੱਗੇ ਜਿਮ ਕਰਦੇ ਡਾਈਟ ਕਰਦੇ ਕਹੇ ਸ਼ੂਗਰ ਫ੍ਰੀ ਆਉਂਦਾ ਜੀ, ਇਹਦੇ 2 ਟੈਬਲੇਟ ਲੈ ਲਓ, ਮਤਲਬ ਇਹ ਤਾਂ ਕਿੰਨੀ ਹੱਸ ਵੀ ਨਹੀਂ ਗੱਲ ਹੈ ਨਾ ਵੀ ਕੋਈ ਬੰਦਾ ਕਹੇ ਵੀ ਨਮਕ ਦੇ ਵਿੱਚੋਂ ਨਮਕ ਨੂੰ ਕੱਢ ਕੇ ਨਮਕ ਦੇ ਦਿਓ, ਮਤਲਬ ਸ਼ੂਗਰ ਹੋ ਗਈ ਸਵਾਦ, ਅਸੀਂ ਅਜੇ ਵੀ ਨਹੀਂ ਛੱਡਣਾ ਚਾਹੁੰਦੇ। ਜੇ ਅਸੀਂ ਪਹਿਲੇ ਦਿਨ ਤੋਂ ਹੀ ਉਹੀ ਅਤੇ ਪਿਓ ਦਾਦਿਆਂ ਵਾਲੀ ਰੀਤ ਚਲਾਈ ਹੁੰਦੀ, ਅਸੀਂ ਗੁੜ ਜਾਂ ਸ਼ੱਕਰ ਦਾ ਸੇਵਨ ਕੀਤਾ ਹੁੰਦਾ ਤਾਂ ਅੱਜ ਹਾਲਾਤ ਹੀ ਨਾ ਹੁੰਦੇ ਸਾਨੂੰ ਸ਼ੂਗਰ ਹੁੰਦੀ ਨਾ। ਜੇ ਹੁਣ ਸ਼ੂਗਰ ਹੋ ਗਈ ਹੈ, ਜੇ ਮਤਲਬ ਇਹ ਟਾਈਮ ਆ ਹੀ ਗਿਆ ਤਾਂ ਇਹ ਸਭ, ਮੈਂ ਮੈਡੀਕਲ ਲਾਈਨ 'ਚੋਂ ਹੀ ਹਾਂ, ਠੀਕ ਹੈ, ਮਤਲਬ ਬਹੁਤ ਬੁਰੀ ਹਾਲਾਤ ਹੁੰਦੀ ਹੈ ਜਦੋਂ ਪੇਸ਼ੈਂਟ ਕੋਈ, ਜਦੋਂ ਪੇਸ਼ੈਂਟ ਜਾਂਦਾ ਕਿਸੇ ਵੀ ਪ੍ਰੋਬਲਮ ਨੂੰ ਲੈ ਕੇ ਡਾਕਟਰ ਕੋਲ, ਡਾਕਟਰ ਦਾ ਪਹਿਲਾ ਸਵਾਲ ਹੁੰਦਾ ਸ਼ੂਗਰ ਬੀਪੀ ਦੱਸੋ, ਮਤਲਬ ਜੇ ਉਹਨਾਂ ਨੇ ਕਿਹਾ ਤਾਂ ਹਾਂਜੀ ਡਾਇਬਟਿਕ ਹੈ ਪੇਸ਼ੈਂਟ, ਤਾਂ ਉਹਦਾ ਸਾਰਾ ਜਿੰਨਾ ਵੀ ਉਹਦਾ ਟ੍ਰੀਟਮੈਂਟ ਸਾਰਾ ਚੇਂਜ ਹੋ ਜਾਂਦਾ। ਅਤੇ ਜੇ ਆਪਾਂ ਪੁਰਾਣੇ ਟਾਈਮ ਤੋਂ ਇਹ ਚੀਜ਼ਾਂ ਨਾ ਛੱਡੀਆਂ ਹੁੰਦੀਆਂ, ਗੁੜ ਅਤੇ ਸ਼ੱਕਰ, ਤੁਸੀਂ ਜਦੋਂ ਇਹਦਾ ਇਤਿਹਾਸ ਕੱਢੋਗੇ ਨਾ ਸ਼ੂਗਰ ਦਾ, ਡਾਇਬਟਿਕ ਕਦੋਂ ਪੰਜਾਬ 'ਚ ਵਧੀ, ਤਾਂ ਪਿਛਲੇ 30-40 ਸਾਲਾਂ 'ਚ ਇਹਨੇ ਸਾਨੂੰ ਘੇਰਿਆ ਆ ਕੇ। ਖੰਡ ਨੇ ਸਾਡੇ 2 ਨੁਕਸਾਨ ਕੀਤੇ, ਇੱਕ ਤਾਂ ਸਾਨੂੰ ਡਾਇਬਟਿਕ ਕੀਤਾ ਜਿਹੜਾ ਕਿ ਦੁਨੀਆ ਦੀ ਸਭ ਤੋਂ ਗੰਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਹੈ ਕਿ ਕੈਂਸਰ, ਤੁਸੀਂ ਲੇਡੀਜ਼ ਦੇ ਵਿੱਚ ਅੱਜ ਲੈ ਲਓ ਬ੍ਰੈਸਟ ਕੈਂਸਰ ਜਾਂ ਓਵਰੀ ਸਿਸਟ ਵਗੈਰਾ, ਇਹ ਸਾਰਾ ਜਿੰਨਾ ਵੀ ਕੈਂਸਰ ਆ ਰਿਹਾ ਉਹਦਾ ਮੇਜਰ ਕਾਰਨ ਖੰਡ ਹੈਗਾ, ਜਿਹਨੂੰ ਅਸੀਂ ਪਤਾ ਨਹੀਂ ਕਿੰਨੇ ਵਧੀਆ ਵਧੀਆ ਡੱਬਿਆਂ 'ਚ ਸਜਾ ਕੇ ਰੱਖਦੇ ਹਾਂ ਘਰ ਦੇ ਵਿੱਚ। ਇਹ ਚੀਜ਼ ਹੈ ਬੇਸਿਕਲੀ, ਇਹ ਚੀਜ਼ ਹੈ ਮਤਲਬ ਗੁੜ ਦੇ ਵਿੱਚ ਵੀ ਬੜਾ ਕੁਛ ਹੈ। ਹਾਂਜੀ, ਹੁਣ ਬੜੇ ਵੇਲਣੇ ਆ, ਬੜੇ ਕੁਛ ਹੈ, ਜਿਵੇਂ ਹੁਸ਼ਿਆਰਪੁਰ ਵਾਲੇ ਸਾਡੇ DFSO ਫੂਡ ਸੇਫਟੀ ਅਫਸਰ ਨੇ ਜਿਹੜੇ, ਹਾਂਜੀ, ਉਹਨਾਂ ਨੇ ਬੜੇ ਜਗ੍ਹਾ ਦੇ ਉੱਤੇ ਰੇਡਾਂ ਮਾਰ ਕੇ ਇਹ ਚੀਜ਼ਾਂ ਨੂੰ ਫੜਿਆ ਹੈਗਾ। ਉਹਨਾਂ ਦੇ ਵੀ ਇਹ ਕਰਨ ਨਾਲ 2 ਚੀਜ਼ਾਂ ਹੋ ਗਈਆਂ ਜੀ। ਦੇਖੋ ਬੇਸਿਕਲੀ ਤਾਂ ਉਹ ਗਏ ਸੀ ਕਿ ਹਰ ਜਗ੍ਹਾ 'ਤੇ ਉਹ ਜਾ ਰਹੇ ਆ, ਇਹ ਗੌਰਮੈਂਟ ਚੇਂਜ ਹੋਈ ਥੋੜ੍ਹੇ ਉਹਨਾਂ ਨੂੰ ਫਰੀ ਹੈਂਡ ਮਿਲੇ, ਤਾਂ ਉਹ ਬੰਦਿਆਂ ਨੂੰ ਮੈਂ ਦੇਖਿਆ, ਮੈਂ ਰਾਬਤਾ ਵੀ ਬਣਾਇਆ ਬਟ ਹਜੇ ਗੱਲ ਸਾਡੀ ਨਹੀਂ ਹੋਈ। ਉਹਦੇ ਨਾਲ 2 ਚੀਜ਼ਾਂ ਹੋ ਗਈਆਂ, ਗੁੜ 'ਤੇ ਅਵੇਅਰਨੈਸ ਹੋ ਗਈ ਪੰਜਾਬ 'ਚ ਬਹੁਤ ਜ਼ਿਆਦਾ, ਇਸ ਵਾਰ ਜੋ ਗੁੜ ਦਾ ਟ੍ਰੈਂਡ ਵੱਧ ਗਿਆ ਹੋਇਆ, ਮਤਲਬ ਸਾਰੇ ਲੋਕ ਗੁੜ ਨੂੰ ਪਸੰਦ ਕਰਨ ਲੱਗ ਗਏ, ਹੋਇਆ ਕਿ ਉਹ ਬਰਾਬਰ ਹੋ ਗਿਆ। ਜੇ ਕੋਈ ਮਾੜਾ ਗੁੜ ਬਣਾ ਰਿਹਾ ਸੀ ਨਾ, ਉਹਨਾਂ ਨੇ ਆਪਦੀ ਇੰਟਰਵਿਊ 'ਚ ਕਹਿਤਾ, ਲੋਕ ਦੇਖੋ ਉਹਦੇ ਚੱਕ ਲੈਂਦੇ ਆ ਜਿਹੜੀ ਚੀਜ਼ ਚੰਗੀ ਲੱਗਦੀ ਹੈ। ਉਹਨਾਂ ਨੇ ਕਿਹਾ ਜੀ ਚੰਗੇ ਗੁੜ ਦਾ ਰੇਟ 80-90 ਰੁਪਏ ਹੋਣਾ ਚਾਹੀਦਾ, ਸਾਰੇ ਵੇਲਿਆਂ ਨੇ ਗੁੜ ਦਾ ਰੇਟ 80-90 ਕਰਤਾ। ਉਹ ਹੁਣ ਹਰ ਜਗ੍ਹਾ ਤੋਂ ਰੇਟ ਕਰ ਨਹੀਂ ਸਕਦੇ ਜਾ ਕੇ, ਸਾਰੇ ਵੇਲਣੇ ਵੀ ਮਾੜਾ ਗੁੜ ਨਹੀਂ ਬਣਾ ਰਹੇ, ਪਰ ਜਿੱਥੇ ਪ੍ਰਵਾਸੀ ਬੰਦੇ ਬੈਠ ਕੇ ਵੇਲਣੇ ਚਲਾ ਰਹੇ, ਚਾਹੇ ਉਹ ਚਿੰਤਪੁਰਨੀ ਵਾਲਾ ਰੋਡ ਹੈ ਹੁਸ਼ਿਆਰਪੁਰ ਵਾਲਾ, ਚਾਹੇ ਉਹ ਮੋਹਾਲੀ ਦੇ ਕੋਲ ਚੁੰਨੀ ਵਾਲਾ, ਮੈਂ ਮਨਿੰਦਰ ਜੀ ਸ਼ਾਇਦ ਹੀ ਕੋਈ ਵੇਲਣਾ ਛੱਡਿਆ ਪੰਜਾਬ ਦਾ ਜਿੱਥੇ ਮੈਂ ਚੁੱਪਚਾਪ ਜਾ ਕੇ ਨਹੀਂ ਵੇਖਿਆ। ਮੈਂ ਕਦੀ ਇਹਨੂੰ ਦੱਸਦਾ ਨਹੀਂ ਕਿ ਮੇਰਾ ਵੇਲਣਾ, ਮੈਂ ਸਿਰਫ ਸਟੱਡੀ ਕਰਨ ਜਾਂਦਾ, ਜਿਹੜੇ ਵੇਲਣੇ ਤੋਂ ਮੈਨੂੰ ਜਿਹੜੀ ਚੰਗੀ ਚੀਜ਼ ਲੱਗਦੀ ਉਹ ਮੈਂ ਲੈ ਕੇ ਆ ਜਾਂਦਾ, ਉਹੀ ਮੈਂ ਆਪਦੇ ਉੱਥੇ ਆ ਕੇ ਇੰਪਲੀਮੈਂਟ ਕਰ ਦਿੰਦਾ। ਔਰ ਮੈਂ ਇਹ ਗੱਲ ਬੜੀ ਮਾਣ ਨਾਲ ਕਹਿ ਦੇਣੀ ਚਾਹੁੰਦਾ ਕਿ ਜਿਵੇਂ ਉਹ ਜਿਹੜੇ ਪੈਮਾਨੇ 'ਤੇ ਉਹ ਆਪਣੇ DFO ਕਹਿੰਦੇ ਆ, ਡਿਸਟ੍ਰਿਕਟ ਫੂਡ ਆਫਿਸਰ ਹੈਗੇ ਜਿਹੜੇ ਹੁਸ਼ਿਆਰਪੁਰ ਦੇ, ਉਹ ਮੇਰੇ ਵੇਲਣੇ 'ਤੇ ਆ ਜਾਣ, ਜੇ 0.0 ਤੋਂ ਜਾ ਕੇ ਵੀ ਕੋਈ ਹੁੰਦਾ ਨਾ, 0.0 ਤੋਂ ਅੱਗੇ ਕੋਈ ਛੋਟਾ ਪੁਆਇੰਟ ਸਟਾਰਟ ਹੁੰਦਾ, ਮੇਰੇ ਗੁੜ 'ਚ ਨੁਕਸ ਕੱਢ ਦੇਣ, ਉਸੇ ਦਿਨ ਹੀ ਜਿੰਦਰਾ ਹੀ ਲਾ ਦਿਆਂਗੇ, ਬਿਨਾਂ ਕਹੇ ਜਿੰਦਰਾ ਲਗਾ ਦਿਆਂਗੇ। ਇਹ ਗੱਲਾਂ ਤਾਂ ਬਹੁਤ ਵੱਡੀਆਂ ਹੋ ਗਈਆਂ, ਮੈਂ ਮੇਰਾ ਇੰਟਰਵਿਊ ਦੇਖਣ ਨੂੰ ਗੁੜ ਵਾਲਾ ਮਨ ਨਹੀਂ ਕਰਦਾ। ਕੋਈ ਕਹਿ ਰਿਹਾ ਜੀ ਮੈਂ ਸ਼ੁੱਧ ਬਣਾ ਰਿਹਾ, ਇੱਕ ਭਾਈ ਸਾਹਿਬ ਕਹਿ ਰਹੇ ਸੀ ਮੈਂ ਪਿਓਰ ਚੋਕਲੇਟ ਗੁੜ ਬਣਾ ਰਿਹਾ ਜੀ, ਮੈਂ ਬੱਚਿਆਂ ਨੂੰ ਪਿਓਰ ਚੋਕਲੇਟ ਦੇਣੀ, ਉਹ ਬਈ ਚੋਕਲੇਟ ਦੇਣੀ ਦੁਕਾਨ ਤੋਂ ਦੇ ਦਿਓ, ਆ ਤਾਂ ਰਹੀ ਹੈ ਕਿਟ ਕੈਟ ਫਲਾਣੀ, ਖਵਾ ਦਿਓ, ਖਾ ਹੀ ਰਹੇ ਬੱਚੇ, ਬਿਮਾਰ ਹੋ ਰਹੇ ਖਾ ਖਾ ਕੇ। ਤਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਚੰਗਾ ਗੁੜ ਅਤੇ ਮਾੜਾ ਗੁੜ ਇਹਦੇ ਵਿੱਚ ਵੀ, ਕਿਸੇ ਦਿਨ ਤੁਸੀਂ ਜਿਸ ਦਿਨ ਕੁਦਰਤ ਲੱਗੇਗਾ ਚੱਕਰ ਤਾਂ ਵੇਲਣੇ 'ਤੇ ਆਇਓ, ਤੁਹਾਨੂੰ ਲਾਈਵ ਦਿਖਾਵਾਂਗੇ ਕਿ ਚੰਗਾ ਗੁੜ ਕਿਵੇਂ ਬਣਦਾ, ਮਾੜਾ ਕਿਵੇਂ ਬਣਦਾ, ਔਰ ਸਾਰੇ ਉਹਨੂੰ ਚੰਗਾ ਕਹਿ ਕੇ ਵਿੱਚ ਹੀ ਜਾ ਰਹੇ। ਅਸਲ 'ਚ ਕੀ ਹੈ ਕਿ ਗੁੜ 'ਤੇ ਅਵੇਅਰਨੈਸ ਨਹੀਂ ਹੈਗੀ। ਮੈਂ ਚਾਹੁੰਦਾ ਕਿ ਇੱਕ ਇੰਟਰਵਿਊ ਆਪਾਂ ਵੇਲਣੇ 'ਤੇ ਕਰੀਏ, ਜਿਹਦੇ 'ਚ ਮੈਂ ਲੋਕਾਂ ਨੂੰ ਗੁੜ 'ਤੇ ਅਵੇਅਰਨੈਸ ਦਿਆਂ ਕਿ ਜਦੋਂ ਤੁਸੀਂ ਗੁੜ ਲੈਣਾ,
ਤੇ ਆਹ ਚੀਜ਼ਾਂ ਤੁਸੀਂ ਬੇਸਿਕਲੀ ਦੇਖਣੀਆਂ। ਮੋਟੀ ਮੋਟੀ ਇਹ ਹੈਗਾ ਜੀ, ਇੱਕ ਤਾਂ ਦੇਖੋ ਗੰਨਾ ਪਹਿਲੀ ਗੱਲ ਚੰਗੀ ਜ਼ਮੀਨ ਦਾ ਹੋਣਾ ਚਾਹੀਦਾ, ਉਹ ਤਾਂ ਕਸਟਮਰ ਨੇ ਜਾ ਕੇ ਚੈੱਕ ਨਹੀਂ ਕਰਨਾ ਨਾ ਗੰਨਾ ਕਿੱਥੋਂ ਆ ਰਿਹਾ। ਜਿਹੜੇ ਵੇਲਣੇ ਵਾਲੇ ਕੋਲ ਆਪਣਾ ਗੰਨਾ ਨਹੀਂ ਉਗਾਉਂਦੇ ਉਹ ਵੇਲਣਾ ਚਲਾਉਣ ਨਾ ਚਲਾਉਣ ਇੱਕੋ ਗੱਲ ਹੀ ਹੈ, ਕਿਉਂਕਿ ਬਾਹਰੋਂ ਅਸੀਂ ਗੰਨਾ ਖਰੀਦਦੇ ਹਾਂ ਪਤਾ ਨਹੀਂ ਕਿੰਨੀ ਰੇਹ ਸਪਰੇਅ ਪਾਉਂਦਾ ਕੋਈ, ਕੀ ਕਿਸ ਤਰੀਕੇ ਦਾ ਗੰਨਾ, ਕਿਹੜੀ ਵਰਾਇਟੀ ਦਾ ਗੰਨਾ, ਉਹ ਚੀਜ਼ਾਂ ਮੈਟਰ ਕਰਦੀਆਂ। ਫਿਰ ਤੁਹਾਡਾ ਕਾਰੀਗਰ ਜਿਹੜਾ ਬਣਾ ਰਿਹਾ ਉਹ ਕਿੰਨੀ ਸਫਾਈ ਨਾਲ ਗੁੜ ਬਣਾ ਰਿਹਾ, ਕਿੰਨੀ ਉਹਦੇ 'ਚੋਂ ਮੈਲ ਚੱਕ ਰਿਹਾ, ਉਹ ਮੈਲ ਭਿੰਡੀ ਨਾਲ ਕੱਢ ਰਿਹਾ ਜਾਂ ਮੈਲ ਵੇਲੇ ਫਿਰ ਮਿੱਠਾ ਸੋਡਾ ਪਾ ਰਿਹਾ। ਚਲੋ ਜੇ ਕੋਈ ਮਿੱਠੇ ਸੋਡੇ ਵਾਲਾ ਗੁੜ ਮੰਗਦਾ ਤਾਂ ਉਹ ਦੇ ਦਿਉ, ਕਈ ਕਸਟਮਰ ਆਮ ਮੰਗਦੇ ਨੇ ਬਟ ਅਸੀਂ ਨਹੀਂ ਬਣਾਉਂਦੇ, ਹੁਸ਼ਿਆਰਪੁਰ ਵਾਲੀ ਸਾਈਡ ਰੀਤ ਹੈਗੀ ਆ ਜੇ ਵੀ ਦੁਆਬੇ 'ਚ ਉੱਥੇ ਚੱਲਦਾ। ਅਤੇ ਮੇਨ ਇਹ ਦੋ ਚੀਜ਼ਾਂ ਹੈਗੀਆਂ ਕਿ ਗੁੜ ਕਿੰਨੀ ਸਫਾਈ 'ਚ ਬਣ ਰਿਹਾ, ਗੁੜ ਪੱਕਾ ਬਣ ਰਿਹਾ, ਕਣ ਵਾਲਾ ਗੁੜ ਹੈਗਾ ਕਿ ਨਹੀਂ, ਕਣ ਤੋਂ ਭਾਵ ਕਿ ਇਹ ਕਣ ਦਾ ਕਿਸੇ ਨੂੰ ਨਹੀਂ ਪਤਾ ਕਿ ਸਰਕਣਾਪਣ ਕਿੰਨਾ ਗੁੜ 'ਚ। ਜਿੰਨਾ ਗੁੜ 'ਚ ਸਰਕਣਾਪਣ ਹੋਏਗਾ ਉਹ ਹੱਥ ਨੂੰ ਇੱਕ ਤਾਂ ਨਹੀਂ ਚਿਪਕੇਗਾ, ਉਹਨੂੰ ਜਿੱਥੇ ਮਰਜ਼ੀ ਰੱਖੋ ਉਹ ਪਿਘਲੇਗਾ ਨਹੀਂ। ਜਿਹੜਾ ਗੁੜ ਕੱਚਾ ਹੋਏਗਾ ਇੱਕ ਤਾਂ ਉਹ ਹੱਥਾਂ ਨੂੰ ਚਿਪਕੇਗਾ, ਥੋੜ੍ਹੀ ਦੇਰ ਬਾਅਦ ਪਿਘਲ ਜਾਏਗਾ, ਇੱਕ ਉਹਦੀ ਚਾਹ ਦਾ ਰੰਗ ਨਹੀਂ ਬਣੇਗਾ। ਤੁਸੀਂ ਆਪਣੇ ਗੁੜ ਦੀ ਹੁਣ ਚਾਹ ਪੀਤੀ ਦੇਖਿਆ, ਸੁਨਹਿਰੀ ਰੰਗ ਹੈ, ਕੋਈ ਨਹੀਂ, ਫਿਰ ਆਓ ਕਿਸੇ ਦਿਨ ਵਿਖਾਉਣੇ ਆ ਗੁੜ ਵੀ। ਅੱਛਾ ਇੱਕ ਗੱਲ ਹੋਰ ਮੈਂ ਪੁੱਛਣੀ ਚਾਹੁੰਦਾ ਸੀਗਾ ਵੀ ਇਹ ਇਹ ਚਲੋ ਤੁਸੀਂ ਦੱਸਿਆ ਗੁੜ ਦੇ ਵਿੱਚ ਆਹ ਚੀਜ਼ਾਂ ਹੁੰਦੀਆਂ ਹੈਗੀਆਂ ਜਾਂ ਖਾਣ, ਮਿਲਾਵਟ ਦੀ ਤਾਂ ਜੇ ਆਪਾਂ ਗੱਲ ਹੀ ਨਹੀਂ ਕੀਤੀ ਨਾ, ਮਿਕਸਿੰਗ ਵਾਲੇ ਵੀ ਆ ਜਾਂਦੇ ਆ। ਹਾਂ ਉੱਧਰ ਆਈਏ ਵੀ ਗੁੜ 'ਚ ਮਿਲਾਵਟ, ਗੁੜ 'ਚ ਵੀ ਕੀ ਮਿਲਾਵਟ? ਗੁੜ 'ਚ ਹੀ ਮਿਲਾਵਟ ਹੈ ਜੀ, ਜਿਹੜਾ ਗੁੜ ਯੂਪੀ ਤੋਂ ਆ ਰਿਹਾ। ਮੈਂ ਪਿਛਲੀ ਇੰਟਰਵਿਊ 'ਚ ਕਿਹਾ ਸੀ ਕਿ ਯਾਰ ਸਾਡੇ ਘਰਾਂ 'ਚ ਮੌਤ ਵੇਚਣ ਆਉਂਦੇ ਆ, ਅਸੀਂ ਫਿਰ 40 ਰੁਪਏ ਲੈ ਕੇ ਖਾ ਰਹੇ ਹਾਂ। ਮਤਲਬ ਸਾਡੇ ਇੱਕ ਤਾਂ ਜੇ ਇਹ ਚੀਜ਼ਾਂ ਖਾਣੀਆਂ ਨਾ ਪ੍ਰਾਈਜ਼ ਵਾਲੇ ਨਾ ਜਾਓ, ਥੋੜ੍ਹਾ ਘੱਟ ਲੈ ਲਓ, ਇਹਦੀ ਕੋਸਟਿੰਗ ਜੇ ਜ਼ਿਆਦਾ ਹੈ ਅਤੇ ਇੱਕ ਪੈਂਦਾ ਵੀ ਤਾਂ ਖੰਡ ਨਾਲ ਘੱਟ ਹੈ ਨਾ, ਤਾਂ ਕਈ ਕਸਟਮਰ ਆਉਂਦੇ ਜੀ ਬਾਜ਼ਾਰ ਤਾਂ ਜੀ 40 ਰੁਪਏ, ਜਿਹੜਾ ਯੂਪੀ ਵਾਲਾ ਗੁੜ ਹੈ ਵੀਰ ਜੀ ਉਹ 23 ਰੁਪਏ ਤੋਂ ਸ਼ੁਰੂ ਹੋ ਕੇ 38 ਰੁਪਏ ਤਾਂ ਖਤਮ ਹੋ ਜਾਂਦਾ, ਜਿਹੜਾ ਆਪਾਂ ਸ਼ਰਾਬ ਲਈ ਲੈ ਕੇ ਆਉਂਦੇ ਹਾਂ ਜਾਂ ਜਿਹੜਾ ਮੱਝਾਂ ਨੂੰ ਆਪਾਂ ਪਾਉਂਦੇ ਹਾਂ ਜਾਂ ਜਿਹੜਾ ਟਰਾਲੀਆਂ ਦੇ ਅੱਜ ਕੱਲ੍ਹ 40 ਰੁਪਏ ਵੇਚ ਰਹੇ ਰੱਖੀ ਬੈਠੇ ਹੁੰਦੇ, ਉਹਦੇ 'ਚ ਹਾਈਡਰਾ ਕੈਮੀਕਲ ਪਾਉਂਦੇ ਆ, ਜਿੰਨੀ ਜਿਹੜੇ ਮੱਝਾਂ ਦੇ ਹੱਡਾਂ ਤੋਂ ਤਿਆਰ ਹੁੰਦਾ ਨਾ ਕੈਮੀਕਲ ਉਹ ਪਾਉਂਦੇ ਆ। ਇਹ ਗੂਗਲ ਵੀ ਕਰ ਲੈਣ, ਚਾਹੇ ਸਾਰੇ ਪੜ੍ਹੇ ਲਿਖੇ ਅੱਜ ਕੱਲ੍ਹ ਆਪਾਂ ਕੁਛ ਵੀ ਹੋਵੇ ਨਾਲ ਦੀ ਨਾਲ ਗੂਗਲ ਕਰਦੇ ਹਾਂ, ਅਤੇ ਉਹਦੇ ਵਿੱਚ ਉਹ ਮੈਲ ਜਿੰਨੀ ਹੁੰਦੀ ਆ ਵਿੱਚੇ, ਜਿਹੜਾ ਚੰਗਾ ਗੁੜ ਹੈ ਇੱਕ ਕੁਇੰਟਲ ਦੇ ਵਿੱਚੋਂ ਗੰਨੇ 'ਚੋਂ 10-11 ਜਾਂ ਫਰਵਰੀ ਅਪ੍ਰੈਲ ਮਾਰਚ ਦੇ ਵਿੱਚ ਜਾ ਕੇ 14 ਕਿਲੋ ਨਿਕਲ ਜਾਏਗਾ, ਉਹ 18-20 ਕਿਲੋ ਕੱਢਦੇ ਆ, ਵਿੱਚੇ ਮੈਲ ਸੁਕਾ ਦਿੰਦੇ ਆ, ਉਹਦੀ ਸ਼ੈਲਫ ਲਾਈਫ ਵੀ ਵੱਧ ਜਾਂਦੀ ਹੈ, ਉਹਦਾ ਰੰਗ ਵੀ ਵਧੀਆ ਆ ਜਾਂਦਾ। ਮਾੜਾ ਗੁੜ ਉਹ ਹੀ ਹੈ ਜੀ ਜਿਹੜਾ ਯੂਪੀ ਬਣ ਰਿਹਾ ਜਾਂ ਇੱਥੇ ਕੋਈ ਜਿਹੜੇ ਪ੍ਰਵਾਸੀ ਆ ਕੇ ਵੇਲਣ ਚਲਾ ਰਹੇ ਆ, ਬਾਕੀ ਜਿਹੜੇ ਪੰਜਾਬੀਆਂ ਦੇ ਆਪਣੇ ਵੇਲਣੇ ਚੱਲਦੇ ਆ ਆਪਣੇ ਜ਼ਿਮੀਂਦਾਰ ਬੰਦਿਆਂ ਦੇ, ਮੈਂ ਨਹੀਂ ਮੰਨਦਾ ਵੀ ਉਹ ਕੋਈ ਮਿਲਾਵਟ ਇਸ ਤਰੀਕੇ ਦੀ ਕਰਦੇ ਹੋਣਗੇ। ਹਾਂ ਕੋਈ ਕੱਚਾ ਰੱਖ ਲੈਂਦੇ ਆ, ਉਹ ਅਗਲੇ ਦੀ ਇੱਛਾ ਜੀ, ਉਹ ਜਿਹੋ ਜਿਹਾ ਅਗਲਾ ਬੀਜੇਗਾ ਉਹੋ ਜਿਹੇ ਵੱਢੇਗਾ, ਜੇ ਚੰਗਾ ਬਣਾਏਗਾ ਤਾਂ ਚੰਗੀ ਇਨਕਮ ਪਾਏਗਾ, ਚੰਗੀ ਇਨਕਮ। ਹਾਂਜੀ ਮਤਲਬ ਵੀ ਗੁੜ ਵੇਚਣ ਦੇ ਨਾਲ ਨਾਲ ਗੰਨਾ ਵੀ ਕੋਸ਼ਿਸ਼ ਹੋਵੇ ਵੀ ਆਪਦਾ ਹੋਵੇ। ਗੰਨਾ ਆਪਦਾ ਬੇਸਿਕਲੀ ਹੈ ਹੀ ਗੰਨਾ ਹੈ ਜੀ, ਗੁੜ ਨੇ ਗੰਨੇ ਤੋਂ ਤਿਆਰ ਹੋਣਾ, ਜੇ ਗੰਨਾ ਹੀ ਚੰਗਾ ਨਹੀਂ ਹੈਗਾ। ਅੱਛਾ ਗੰਨੇ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੇਣਾ ਇੱਕ ਵਰਾਇਟੀ, ਜਿਵੇਂ ਮੇਰੀ ਜ਼ਮੀਨ 'ਚ 099 ਅਸੀਂ ਲਗਾਇਆ, 99,003 ਗੰਨਾ, ਉਹਦਾ ਹੀ ਗੁੜ ਜਿਹੜਾ ਮੈਂ ਲੈ ਕੇ ਤੁਹਾਨੂੰ ਵੀ ਦਿੱਤਾ ਜਾਂ ਜਿਹੜਾ ਮੇਰੇ ਕਸਟਮਰ ਸਾਰੇ ਖਾ ਰਹੇ ਨੇ, ਇੱਕ ਨੰਬਰ ਗੁੜ ਹੈ ਜੀ। ਤੀਜੇ ਸਾਲ 'ਚ ਮੇਰਾ ਵੇਲਣਾ ਚੱਲ ਰਿਹਾ, ਦਿਨ ਦੀ ਸੇਲ 5 ਕੁਇੰਟਲ 4 ਕੁਇੰਟਲ, ਉਹ ਤਾਂ ਇੰਨੀ ਹੈ ਕਿਉਂਕਿ ਬਣਦਾ ਹੀ ਇੰਨਾ, ਅਤੇ ਮੈਂ ਜੇ ਕੁੱਤੀ ਅਤੇ ਕੁੱਤਾ ਮਾਰਨਾ, ਜੇ ਤਾਂ ਮੈਂ ਰੋਜ਼ ਦਾ 8-9 ਕੁਇੰਟਲ ਬਣਾ ਦਿਆਂ, ਜਿਵੇਂ ਸਾਰੇ ਕਹਿੰਦੇ ਅਸੀਂ ਇੰਨਾ ਬਣਾ ਦਿੰਦੇ ਇੰਨਾ, ਇੱਕ ਤਾਂ ਕੱਚਾ ਬਣਾਊਂਗਾ ਕਿਉਂਕਿ ਕਾਰੀਗਰ ਤਾਂ ਉਹੀ, ਇਨਸਾਨ ਤਾਂ ਇੱਕ ਹੀ ਹੈ ਨਾ, ਦੋ ਵੀ ਕਰ ਲਓਗੇ ਤਾਂ ਕਿੰਨਾ, ਇੱਕ ਵੇਲਣੇ ਤਾਂ ਕਿੰਨਾ ਗੁੜ ਬਣਾ ਲਾਂਗੇ। ਸੋ ਮੇਰੇ 4-5 ਕੁਇੰਟਲ ਬਣਦਾ, ਤੀਜੇ ਸਾਲ 'ਚ ਵੇਲਣਾ ਸਾਰੇ ਵਿਕ ਜਾਂਦਾ, ਜਿੰਨਾ ਬਣਾ ਲਵਾਂ ਵਿਕ ਜਾਂਦਾ। ਔਰ ਉਹਦੇ ਲਈ ਸਭ ਤੋਂ ਪਹਿਲੀ ਜਿਹੜੀ ਚੀਜ਼ ਮੈਂ ਕੀਤੀ ਸੀ, ਜ਼ਮੀਨ, ਜ਼ਮੀਨ ਨੂੰ ਫਿਰ ਉਹਦੀ ਪਾਣੀ ਦਾ ਮਿਠਾਸ, ਕਿਉਂਕਿ ਨਹਿਰੀ ਵਾਹਣ ਹੈ, ਫਿਰ ਉਹ ਗੰਨੇ ਦੀ ਜਦੋਂ ਕਟਾਈ ਹੁੰਦੀ ਹੈ ਉਹ ਕਿੰਨੇ ਸਫਾਈ ਨਾਲ ਕੱਟਦੇ ਵੇ, ਜੇ ਅੱਗੋਂ ਕੱਚਾ ਗੰਨਾ ਵਿੱਚ ਰੱਖ ਰਿਹਾ ਫਿਰ ਵੀ ਗੁੜ ਨਹੀਂ ਸਹੀ ਬੈਠਦਾ, ਬਹੁਤ ਬਰੀਕੀਆਂ ਨੇ ਆਪਾਂ ਵੇਲਣੇ ਦੀ ਗੱਲ ਕਰਾਂਗੇ, ਗੰਨਾ ਸਾਹਮਣੇ ਰੱਖ ਕੇ ਜੇ ਗੰਨਾ ਮੁੱਲ ਲਵਾਂਗੇ ਪਤਾ ਨਹੀਂ ਉਹ ਪੱਕੇ ਵੱਟ ਦੀ ਜ਼ਮੀਨ ਦਾ ਰੇਤਲੀ ਦਾ, ਉਹ ਗੰਨੇ ਦੀ ਕਿਸਮ ਕਿਹੜੀ ਹੈ, ਕਿਉਂਕਿ ਗੁੜ ਦੀ ਵਰਾਇਟੀ ਜਿਹੜੀ ਹੈ ਉਹਦੇ ਬਹੁਤ ਥੋੜ੍ਹੇ ਗੰਨੇ ਹੈਗੇ ਜਿਹਦੇ ਗੁੜ ਬਣਦਾ, ਕਿਉਂਕਿ ਜ਼ਿਆਦਾ ਜਿਹੜਾ ਆਪਣੇ ਗੰਨਾ ਉਗਾਇਆ ਜਾਂਦਾ ਨਾ ਉਹ ਸਾਰੀ ਮਿੱਲ ਦੀ ਵਰਾਇਟੀ ਆ। ਔਰ ਇਹ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀ ਮਿੱਲ ਦੀ ਵਰਾਇਟੀ ਆ ਉਹਦਾ ਗੁੜ ਨਹੀਂ ਬਣਦਾ ਜੀ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ। ਅੱਛਾ ਜੀ। ਹਾਂਜੀ, ਨਹੀਂ ਬਣਦਾ ਉਹਦਾ ਜੋੜ, ਚਿੱਟਾ ਕਮਾ ਜਿੰਨਾ ਵੀ ਹੋਏਗਾ, ਜ਼ਿਆਦਾ ਚਿੱਟੇ ਪੰਚ ਉਹਦਾ ਕਮਾ ਉਹਦਾ ਗੁੜ ਨਹੀਂ ਜੁੜਦਾ ਜੀ, ਗੁੜ ਨਹੀਂ ਜੁੜਦਾ। ਹਾਂਜੀ ਮਤਲਬ ਜਿਵੇਂ ਤੁਸੀਂ ਕਿਹਾ, ਮੈਂ ਫਿਰ ਉੱਥੇ ਹੁਣ ਵੀ ਸ਼ੂਗਰ ਤਾਂ ਚਲੋ ਗੁੜ 'ਚ ਵੀ ਹੁੰਦੀ ਹੈ ਅਤੇ ਖਾਣ 'ਚ ਵੀ ਹੁੰਦੀ ਹੈ, ਪਰ
ਖੰਡ ਖਾਣ ਜਿਹੜੇ ਨੁਕਸਾਨ ਆ ਉਹ ਜੋ ਕੈਮੀਕਲ ਜ਼ਿਆਦਾ ਹੁੰਦਾ, ਕੈਮੀਕਲ ਦੇ ਕਾਰਨ ਹੈ। ਆਪਾਂ ਸਵੇਰ ਤੋਂ ਰਾਤ ਤੱਕ ਕੈਮੀਕਲ ਹੀ ਦਿਖਾ ਰਹੇ ਹਾਂ। ਅੱਜ ਕੱਲ੍ਹ ਕਿਸਾਨਾਂ ਦੇ ਇਸ ਲੋਬੀ ਦੇ ਵਿੱਚ ਇੱਕ ਬੜੀ ਚਰਚਾ ਚੱਲਦੀ ਵੀ ਕੀ ਔਰਗੈਨਿਕ ਖਾਣਾ ਜੀ, ਫਲਾਣਾ ਖਾਣਾ, ਉਹ ਤੁਸੀਂ ਸ਼ੋਧੀ ਖਾ ਲਓ। ਸਾਡੇ ਪੁਰਾਣੇ ਟਾਈਮ ਕਿਹੜੇ ਕਿਹੜੇ ਬੰਦੇ ਔਰਗੈਨਿਕ ਖਾ ਰਹੇ ਸੀ, ਜੋ ਕੁਦਰਤ ਦੇ ਰਹੀ ਸੀ ਅਸੀਂ ਉਹੀ ਖਾਈ ਜਾ ਰਹੇ ਸੀ। ਚਲੋ ਰੇਹ ਸਪਰੇਅ ਦਾ ਇੱਕ ਅਲੱਗ ਮੈਟਰ ਹੈ, ਉਹ ਵੀ ਵੱਡਾ ਮੈਟਰ ਹੈ ਬਹੁਤ। ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਆਪਾਂ ਜੋ ਸ਼ੁੱਧ ਚੀਜ਼ ਘਰ 'ਚ ਉਹ ਤਾਂ ਖਾ ਲਈਏ, ਅਸੀਂ ਮੱਝਾਂ ਰੱਖਣੀਆਂ ਛੱਡੀ ਜਾਂਦੇ ਹਾਂ। ਪਿੰਡ 'ਚ ਜੇ 50 ਘਰ ਨੇ, ਹੁਣ ਮੇਰੇ ਪਿੰਡ 'ਚ ਮੰਨ ਲਓ 30 ਘਰ ਨੇ, 10 ਘਰ ਕੋਲ ਮੱਝਾਂ ਨੇ, 20 ਕੋਲ ਹੈ ਨਹੀਂ, ਉਹ 20 ਹੁਣ ਸ਼ਹਿਰੋਂ ਜਾਣਗੇ ਦੁੱਧ ਲੈਣ। ਸਾਡਾ ਇਹੀ ਦੁੱਧ ਉਹੀ, ਫਿਰ ਉਹ ਇਹ ਵੀ ਇੱਕ ਬਹੁਤ ਵੱਡੀ ਚਰਚਾ ਹੈ ਡੇਅਰੀ ਫਾਰਮਿੰਗ ਦੀ ਵੀ, ਕਿ ਉਹੀ ਦੁੱਧ ਸਾਡਾ ਇੱਥੋਂ ਲਿਜਾ ਕੇ ਉਹਨੂੰ 3-4 ਗੁਣਾ ਕਰਕੇ ਵਿੱਚ ਸਿੰਥੈਟਿਕ ਚੀਜ਼ਾਂ ਮਿਕਸ ਕਰਕੇ ਸਾਨੂੰ ਫਿਰ ਦੇ ਰਹੇ ਨੇ। ਅਸੀਂ ਪਿੰਡ 'ਚੋਂ ਨਹੀਂ ਜਾਂਦੇ ਡੱਬਾ ਚੱਕ ਕੇ ਕਿਸੇ ਕਰੋ, ਅਸੀਂ ਵੇਰਕਾ ਤੋਂ ਪਲਾਂਟ ਤੋਂ ਲੈਣਾ ਪਸੰਦ ਕਰਦੇ ਹਾਂ ਕਿ ਵੇਰਕਾ ਦਾ ਦੁੱਧ ਬਹੁਤ ਵਧੀਆ ਹੋਊਗਾ। ਮੈਂ ਦਾਅਵੇ ਨਾਲ ਕਹਿੰਦਾ ਵੀ ਵੇਰਕਾ ਦੇ ਪਲਾਂਟ ਚੱਕਰ ਹੀ ਘੁੰਮ ਕੇ ਆ ਜਾਓ, ਉਲਟੀਆਂ ਤੁਹਾਨੂੰ ਪੱਕਾ ਲੱਗਣਗੀਆਂ, ਦੁੱਧ ਤੁਸੀਂ ਪੀਣਾ ਛੱਡ ਦਿਓਗੇ। ਮੈਂ ਮਨਿੰਦਰ ਜੀ ਇੱਕ ਬਹੁਤ ਵਧੀਆ ਕਿੱਸਾ ਤੁਹਾਨੂੰ ਸੁਣਾਉਂਦਾ, ਮੈਡਮ ਦਾ ਮੈਨੂੰ ਨਾਮ ਭੁੱਲ ਗਿਆ, ਤੁਹਾਡੇ ਬਠਿੰਡੇ ਮੈਡਮ ਡਿਪਟੀ ਕਮਿਸ਼ਨਰ ਰਹਿ ਕੇ ਗਏ ਐਕਸਾਈਜ਼ ਦੇ ਵਿੱਚ। ਉਹਨਾਂ ਨੇ ਮੈਨੂੰ ਫੋਨ ਕੀਤਾ, ਕਹਿੰਦੇ ਬੇਟਾ ਤੁਹਾਡਾ ਨਾ ਗੁੜ ਬਾਰੇ ਸੁਣਿਆ ਅਤੇ ਸਾਨੂੰ ਤੁਹਾਡਾ ਗੁੜ ਚਾਹੀਦਾ। ਕਹਿੰਦੇ ਮੈਂ ਡਿਪਟੀ ਕਮਿਸ਼ਨਰ ਐਕਸਾਈਜ਼ ਪ੍ਰੀ ਰਿਟਾਇਰਮੈਂਟ ਲੈ ਲਈ ਪਹਿਲੇ। ਮੈਂ ਕਿਹਾ ਮੈਮ ਐਵੇਂ ਦਾ ਕੀ ਹੋ ਗਿਆ ਸੀ? ਬਹੁਤ ਵੱਡੀ ਪੋਸਟ ਹੁੰਦੀ ਹੈ ਬਠਿੰਡਾ ਤੋਂ, ਬੇਸਿਕਲੀ ਮੈਮ ਸੀਗੇ ਜਲੰਧਰ ਤੋਂ। ਕਹਿੰਦੇ ਮੈਂ ਬਠਿੰਡਾ ਰਿਫਾਇਨਰੀ ਦੇ ਹਾਲਾਤ ਦੇਖੇ ਨਾ, ਉਹ ਕਹਿੰਦੇ ਮੈਂ ਜੋਬ ਹੀ ਛੱਡਤੀ ਉਦੋਂ ਬਾਅਦ। ਜੇ ਮੈਂ ਕੁਛ ਕਰ ਹੀ ਨਹੀਂ ਸਕਦੀ ਆਪਣੇ ਯੂਥ ਲਈ ਜਾਂ ਆਪਣੀ ਕੌਮ ਲਈ, ਤਾਂ ਮੈਨੂੰ ਇੰਨੀ ਵੱਡੀ ਕੁਰਸੀ 'ਤੇ ਬਹਿਣ ਦਾ ਕੀ ਹੱਕ ਹੈ? ਉਹਨਾਂ ਨੇ ਮੈਨੂੰ ਇਨਵਾਈਟ ਕੀਤਾ, ਉਹਨਾਂ ਨੇ ਮੈਂ ਜੇ ਜਾਣਾ ਉਹਨਾਂ ਕੋਲ ਜਲੰਧਰ। ਉਹਨਾਂ ਨੇ ਅਰਬਨ ਅੱਟ ਦੇ ਨਾਮ 'ਤੇ ਸਟਾਰਟ ਕੀਤਾ, ਉਹ ਕਾਫੀ ਤਰ੍ਹਾਂ ਦੇ ਤੇਲ ਆਪ ਬਣਾ ਰਹੇ ਨੇ। ਮਤਲਬ ਬਹੁਤ, ਮੈਨੇ ਸਲਾਮ ਹੈ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਜਿਵੇਂ ਮੈਂ ਲੱਗਾ ਹੋਇਆ ਗੁੜ ਦੇ ਵਿੱਚ, ਕਿ ਥੋੜ੍ਹੇ ਸਾਲਾਂ 'ਚ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਚੰਗਾ ਗੁੜ ਆਪਾਂ ਉਹਨਾਂ ਤੱਕ ਪਹੁੰਚਦਾ ਕਰਨਾ। ਇਸ ਤਰੀਕੇ ਚੰਗੇ ਬੰਦੇ ਵੀ ਹੈਗੇ ਜਿਹੜੇ ਕੈਮੀਕਲ ਤੋਂ ਬਿਨਾਂ ਚੀਜ਼ਾਂ ਬਣਾ ਰਹੇ ਆ, ਵੇਚ ਵੀ ਰਹੇ ਆ। ਨੋ ਡਾਊਟ ਥੋੜ੍ਹੀਆਂ ਮਹਿੰਗੀਆਂ ਪੈਂਦੀਆਂ, ਪਰ ਸਿਹਤ ਉੱਪਰ ਕੀ ਹੈ? ਜੇ ਕੈਂਸਰ ਹੋ ਗਿਆ, ਘਰ ਵੀ ਜਾਏਗਾ, ਜ਼ਮੀਨ ਵੀ ਜਾਏਗੀ, ਕਰਜ਼ਾ ਵੀ ਚੜ੍ਹੇਗਾ, ਬੰਦਾ ਵੀ ਚਲਾ ਜਾਏਗਾ। ਕੈਂਸਰ ਇੰਨੀ ਮਾੜੀ ਚੀਜ਼ ਹੈ। ਕਿਸੇ ਦਿਨ ਮਨਿੰਦਰ ਜੀ ਕਦੇ ਇੰਟਰਵਿਊ ਕਰਕੇ ਆਓ, ਜਿਹੜੇ ਘਰ 'ਚ ਕੈਂਸਰ ਹੈ ਨਾ ਕਿਸੇ ਨੂੰ, ਕੋਈ 1-2 ਸਾਲ ਤੋਂ ਜੰਗ ਲੜ ਰਿਹਾ, ਤਾਂ ਉਹਨਾਂ ਨੂੰ ਪੁੱਛ ਕੇ ਆਓ, ਜਿਹੜੇ ਸੈਲੀਬ੍ਰਿਟੀ ਦਿਖਾਉਂਦੇ ਆ ਸਾਰੇ ਕਿ ਮੈਨੂੰ ਕੈਂਸਰ ਹੋ ਗਿਆ, ਇਹ ਤਾਂ ਸਾਰੀ ਇੱਕ ਪਬਲਿਸਿਟੀ ਲੈਣੀ ਉਹਨਾਂ ਨੇ ਬਾਅਦ 'ਚ ਵੀ ਬਿਮਾਰੀ ਤੋਂ ਵੀ। ਉਹ ਗਰੀਬ ਨੂੰ ਪੁੱਛੋ ਨਾ ਜਿਹਨੂੰ ਕੈਂਸਰ ਹੋਇਆ, ਜਿਹੜਾ ਫਰੀਦਕੋਟ, ਮੈਂ ਮੈਡੀਕਲ ਲਾਈਨ 'ਚ ਆ, ਫਰੀਦਕੋਟ ਪੈਟ ਸਕੈਨ ਮਸ਼ੀਨ ਜੇ ਖਰਾਬ ਹੋ ਜਾਏ ਤਾਂ ਬੰਦੇ ਸਾਰੇ ਲੁਧਿਆਣਾ ਜਾਂਦੇ ਕਰਾਉਣ। 21,000 ਦੀ ਆਪਣੀ ਪੈਟ ਸਕੈਨ ਆ ਜਿਹੜੀ ਕੈਂਸਰ ਨੂੰ ਮੇਜਰ ਕਰਦੀ ਹੈ। 30-40% ਲੋਕ ਤਾਂ ਟੈਸਟ ਹੀ ਨਹੀਂ ਕਰਾ ਪਾਉਂਦੇ ਜਿਹਦੇ ਪਤਾ ਲੱਗੇ ਕਿ ਕੈਂਸਰ ਕਿੱਥੇ ਸੀ। ਕਦੇ ਉਹ ਪਰਿਵਾਰਾਂ ਦੇ ਹਾਲਾਤ ਆਪਾਂ ਵੇਖੀਏ ਨਾ, ਉਹ ਕਿਵੇਂ ਸਰਵਾਈਵ ਕਰ ਰਹੇ ਆ ਔਰ ਕੈਂਸਰ ਨਾਲ ਜੂਝ ਰਹੇ ਆ। ਆਪਾਂ ਤਾਂ ਇਹ ਦੇਖ ਲੈਂਦੇ ਹਾਂ ਜੀ ਕੈਂਸਰ ਹੋ ਗਿਆ, ਫਲਾਣੇ ਨੂੰ ਕੈਂਸਰ ਸੀ ਜੀ, ਕਿਹੜੀ ਸੀ, ਬਲੱਡ ਕੈਂਸਰ ਸੀ, ਚਲੋ ਗਏ, ਉਹ ਬੰਦਾ ਚਲਾ ਗਿਆ। ਪਰ ਕਦੀ ਸਰਕਾਰ ਨੇ ਕੀ ਦੇਣਾ ਜਿਹਦੇ ਕੋਲ ਆਪਣੇ ਕੋਲ ਕੁਛ ਨਹੀਂ? ਜੇ ਮੇਰੇ ਕੋਲ ਕੁਛ ਨਹੀਂ, ਮੈਂ ਤੁਹਾਨੂੰ ਕੀ ਦੇ ਦੂੰਗਾ? ਸਰਕਾਰ ਤਾਂ ਆਪ ਵਿਚਾਰੀ ਕਰਜ਼ੇ ਲੈ ਕੇ ਤੁਰਦੀ ਪਈ ਹੈ, ਤੁਸੀਂ ਜ਼ਿਆਦਾ ਹੀ ਜਾਣਦੇ ਹੋ, ਮਗਰ ਪਏ ਉਹਨਾਂ ਦੇ ਵੀ ਹੱਥ ਹੋ ਕੇ, ਅਤੇ ਸਰਕਾਰਾਂ ਕੀ ਦੇ ਦੇਣਗੇ? ਇਹ ਸਾਨੂੰ ਸੋਚਣਾ ਅਸੀਂ ਕੀ ਖਾਣਾ। ਬੇਸਿਕ ਤਾਂ ਸਾਰਾ ਕੁਝ ਹੈਗਾ ਕਿ ਅਸੀਂ ਆਪਣਾ ਖਾਣ ਪੀਣ ਠੀਕ ਕਰੀਏ। ਇਕੱਲਾ ਯਾਰ ਗੁੜ 'ਤੇ ਹੀ ਆ ਜਾਓ, ਖੰਡ ਛੱਡ ਦਿਓ, ਅੱਧੀਆਂ ਬਿਮਾਰੀਆਂ ਤਾਂ ਫਿਰ ਹੱਲ ਹੋ ਜਾਣਗੀਆਂ। ਉਸ ਤੋਂ ਬਾਅਦ ਮਸਾਲੇ ਨੇ, ਮਸਾਲੇ ਆਪਦੇ ਘਰ ਦੇ ਉਗਾਓ, ਆਪ ਖਾਓ, ਅੱਧੀਆਂ ਬਿਮਾਰੀਆਂ ਹੋਰ ਘੱਟ ਜਾਣਗੀਆਂ। ਫਿਰੋਜ਼ਪੁਰ ਸਾਡੇ ਜਲਾਲਾਬਾਦ ਤੋਂ ਕਿੰਨਾ ਹੈ? ਕੋਈ ਇੱਕ ਬੰਦਾ ਨੀ ਫਿਰੋਜ਼ਪੁਰ ਮਿਰਚ, ਹਰੀ ਲਾਲ ਮਿਰਚ ਲੈਣ ਜਾਂਦਾ ਹੋਏਗਾ। ਮਤਲਬ ਸਾਰੇ ਬਾਜ਼ਾਰ ਚੋਂ ਲੈਣਾ ਪਸੰਦ ਕਰਦੇ ਆ। ਇੱਕ ਗੱਲ ਹੋਰ ਵੀ ਹੈ ਵੀ ਜੇ ਤੁਹਾਡੇ ਵਰਗਾ ਬੰਦਾ ਕੋਈ, ਚਲੋ ਮਸਾਲਿਆਂ ਦਾ ਕੰਮ ਵੀ ਕਰ ਲਏ, ਸਾਡੇ ਲੋਕ ਉਹੀ ਜਿੱਦਾਂ ਟੀਵੀ 'ਤੇ ਐਡ ਦਿੰਦੇ ਆ, ਅੰਗ ਅੰਗ ਤੜਕਾ ਦੇਗੀ ਮਿਰਚ ਕਾ ਤੜਕਾ, ਉਹ ਵੇਖ ਕੇ ਚੀਜ਼ ਖਰੀਦਦੇ, ਉਹ ਤਾਂ ਫਿਰ ਵੀ ਨਹੀਂ ਖਰੀਦਣੀ ਕਿਸੇ ਨੇ। ਬੜੀ ਹਾਸੇ ਵਾਲੀ ਗੱਲ ਹੈ ਇਹ ਨਾ, ਜਦੋਂ ਆਪਾਂ ਛੋਟੇ, ਚਲੋ ਆਪਾਂ ਹਮ ਉਮਰੀ ਹੋਵਾਂਗੇ, ਉਹ ਫੇਨਾ ਹੀ ਲੈਣਾ, ਗਾੜੀ ਡਿਟਰਜੈਂਟ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਨਾ। ਅੱਜ ਕੱਲ੍ਹ ਇੱਕ ਉਹ ਨਵਾਂ ਚੱਲਿਆ ਕਿ ਕੈਂਟ ਹੀ ਦਿੱਤਾ ਸਭਸੇ ਸ਼ੁੱਧ ਪਾਣੀ, ਵੀ ਸਾਲਾ ਕੈਂਟ ਕੋਲ ਹੀ ਆ ਗਿਆ ਸਾਰਾ ਕੁਝ, ਵੀ ਦੁਨੀਆ 'ਤੇ ਪਾਣੀ ਸ਼ੁੱਧ ਹੈ ਨਹੀਂ ਕਿਸੇ ਕੋਲ। ਇਹ ਸਾਨੂੰ ਬੁੱਧੂ ਬਣਾਉਂਦੀਆਂ ਕੰਪਨੀਆਂ, ਸਾਰਾ ਕੰਪਨੀ ਦਾ ਅਸਲ 'ਚ ਜਿਹੜਾ ਮਾਰਜਨ ਹੈ ਨਾ
ਉਹ ਵੇਖਦੇ ਕਿਹੜੇ ਸੈਲੀਬ੍ਰਿਟੀ ਨੂੰ ਅਸੀਂ ਲੈ ਕੇ ਐਡ ਕਰ ਸਕਦੇ ਹਾਂ, ਔਰ ਜਿਹੜਾ ਉਹ ਤੁਹਾਡੇ ਸਿਰ ਤੇ ਤੁਹਾਡੀ ਜੁੱਤੀਆਂ ਵਾਲੀ ਗੱਲ ਫਿਰ ਆ ਜਾਂਦੀ ਹੈ। ਜੇ ਉਹਨਾਂ ਨੇ ਤੁਹਾਨੂੰ ਇੱਕ ਐਡ ਦਿਖਾ ਕੇ ਇੱਕ ਦੁਕਾਨ ਤੇ ਬੁਲਾਇਆ, ਜਿਵੇਂ ਹੁਣ ਜੀਓ ਦਾ ਪ੍ਰੋਪਗੈਂਡਾ ਚੱਲਦਾ ਪਿਆ ਕਿ ਜੀਓ ਹਰ ਜਗ੍ਹਾ ਤੇ ਵੱਧਦਾ ਜਾ ਰਿਹਾ ਨਾ, ਜਿਹੜੇ ਕਿਸਾਨੀ ਬਿੱਲ ਆਏ ਸੀ ਜੋ ਕਰਕੇ ਲਿਆਏ ਸੀ, ਹੁਣ ਉਹਨਾਂ ਨੂੰ ਦੇਖ ਰਿਹਾ ਕਿ ਅਸੀਂ ਖੇਤੀ ਸੈਕਟਰ ਤੇ ਵੀ ਆ ਜਾਈਏ। ਤਾਂ ਇਹ ਸਾਰਾ ਕੁਝ ਕੀ ਪ੍ਰੋਪੋਗੈਂਡਾ, ਤੁਸੀਂ ਟੀਵੀ ਦੇਖ ਰਹੇ ਹੋ, ਤੁਹਾਨੂੰ ਵਾਰ ਵਾਰ ਐਡ ਸ਼ੋ ਹੋ ਰਹੀ ਹੈ, ਤਾਂ ਤੁਹਾਨੂੰ ਲੱਗਦਾ ਨਹੀਂ ਯਾਰ ਮੈਂ ਆਹੀ ਚੀਜ਼ ਲੈਣੀ, ਤੁਸੀਂ ਆਪਦੀ ਘਰ ਦੀ ਬਣੀ ਚੀਜ਼ ਨਹੀਂ ਲੈਣਾ ਪਸੰਦ ਕਰੋਗੇ, ਪਰ ਉਹ ਉਹਨਾਂ ਦੀ ਜਿਹੜੇ ਉਹਨੇ ਕਹਿਤਾ ਜੀ, ਜੇ ਸ਼ਾਹਰੁਖ ਖਾਨ ਨੇ ਕਹਿਤਾ ਜੀ, ਆਪ ਚਾਹੇ ਉਹ ਖਾਂਦਾ ਨਾ ਹੋਵੇ, ਆਪ ਖਾਂਦਾ ਨਾ ਆਪ ਘੱਟ ਉਹ ਇਹਦੀ ਆਈ ਸੀ ਆਲੀਆ ਭੱਟ, ਹਾਂਜੀ ਮਸ਼ਹੂਰੀ ਫਰੂਟੀ ਦੀ ਕਰਦੀ ਹੈ, ਤੇ ਕਪਿਲ ਸ਼ਰਮਾ ਦੇ ਸ਼ੋਅ 'ਚ ਕਹਿੰਦੀ ਮੈਂ ਮਿੱਠਾ ਖਾਂਦੀ ਨਹੀਂ, ਬਸ 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 ਇਹ ਸਾਰੇ ਐਵੇਂ ਨੇ ਜੀ, ਹਾਥੀ ਕੇ ਨਾਂ ਖਾਣੇ ਕੋ ਕੁਛ ਔਰ ਹੈ, ਦਿਖਾਣੇ ਕੋ ਔਰ ਹੈ, ਇਹ ਜਿੰਨੇ ਵੀ ਸੈਲੀਬ੍ਰਿਟੀ ਨੇ ਇਹਨਾਂ ਦਾ ਪਾਣੀ ਵੀ ਬਾਹਰੋਂ ਆਉਂਦਾ ਹੈ, ਇਹ ਇੱਥੇ ਸਾਨੂੰ ਕਹਿੰਦੇ ਤੁਸੀਂ ਕੈਂਟ ਵਾਲਾ ਹੀ ਪੀ ਲਓ ਜੀ, ਤੇ ਆਪ ਇਹਨਾਂ ਦਾ ਪਤਾ ਨਹੀਂ ਪਾਣੀ ਕੋਈ ਕਹਿੰਦੇ ਦੁਬਈ ਤੋਂ ਆਉਂਦਾ ਜੀ, ਨਹਾਉਂਦੇ ਵੀ ਪਤਾ ਨਹੀਂ ਉਹਦੇ ਨਾਲ, ਰੱਬ ਜਾਣੇ ਕੀ ਕਰਦੇ ਆ, ਪਰ ਸਾਡੇ ਲੋਕ ਬੁੱਧੂ ਬਣੀ ਜਾਂਦੇ ਜੀ ਇਹਨਾਂ ਦੇ ਪਿੱਛੇ ਲੱਗ ਕੇ। ਬਿਲਕੁਲ ਬਿਲਕੁਲ ਹਾਂਜੀ, ਬਹੁਤ ਬਹੁਤ ਧੰਨਵਾਦ ਵਿਪਨ ਜੀ, ਠੀਕ ਹੈ, ਗੱਲਬਾਤ ਰਹਿਤੇ ਨੇ ਜੀ ਆਪਣੇ ਨਾਲ? ਨਾ ਨਾ ਜੀ ਕੋਈ ਨਹੀਂ ਰਹਿ ਗਈ, ਤੁਸੀਂ ਦੱਸੋ। ਹਾਂਜੀ, ਤਾਂ ਗੱਲਬਾਤ ਕੀਤੀ ਵਿਪਨ ਜੀ ਦੇ ਨਾਲ ਖੰਡ ਗੁੜ, ਤਾਂ ਉਹਨਾਂ ਨੇ ਕਿਹਾ ਕਿ ਵਾਪਸ ਆਓ ਆਪਦੇ ਉਹੀ ਪੁਰਾਣੇ ਕਲਚਰ ਨੇ, ਅਜੇ ਗੁੜ ਹੈ ਇਹਦੇ ਨਾਲ ਕੈਂਸਰ ਤੋਂ ਹੀ ਬਚਦੀਆਂ, ਸ਼ੂਗਰ ਵਰਗੀਆਂ ਬਿਮਾਰੀਆਂ ਵੀ ਛੇਤੀ ਜਿਹੜੀਆਂ ਅਟੈਕ ਨਹੀਂ ਕਰਦੀਆਂ, ਅਤੇ ਨਾਲ ਹੀ ਜਿਹੜਾ ਸਾਡਾ ਪੁਰਾਤਨ ਵਿਰਸਾ ਇਹਦੇ ਨਾਲ ਬਹੁਤ ਬਿਮਾਰੀਆਂ ਜਿਹਨਾਂ ਤੋਂ ਅਸੀਂ ਬਚ ਸਕਦੇ ਹਾਂ, ਸਾਨੂੰ ਤੇਜ਼ਾਬ ਦੀਆਂ ਗੋਲੀਆਂ ਲੈਣੀਆਂ ਪੈ ਰਹੀਆਂ, ਸਾਨੂੰ ਦਵਾਈਆਂ ਲੈਣੀਆਂ ਪੈ ਰਹੀਆਂ, ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਲੜਨਾ ਪੈ ਰਿਹਾ, ਤਾਂ ਇਹਦੀ ਵਜ੍ਹਾ ਹੈਗੀ ਹੈ ਖੰਡ। ਤਾਂ ਖੰਡ ਘਰ 'ਚੋਂ ਕੱਢੋ, ਗੁੜ ਲੈ ਕੇ ਆਓ, ਅਤੇ ਉਹ ਗੁੜ ਨਾਲ ਜਿਹੜਾ ਆਪਣੇ ਘਰ ਦੇ ਵਿੱਚ ਜਿਹੜਾ ਆਪਦਾ ਜੀਵਨ ਵੀ ਬਚਾਓ, ਆਪਦਾ ਸਵਾਦ ਵੀ ਪੂਰਾ ਕਰੋ, ਅਤੇ ਅੱਗੇ ਤੋਂ ਜਿਹੜੀ ਸਿਹਤਮੰਦ ਵੀ ਰਹੋ।